ਅੱਜ ਸਾਡਾ ਦੇਸ਼ ਥਰਡ ਸਟੇਜ 'ਚ ਹੈ। ਆਪਣੇ ਆਪਣੇ ਪਰਿਵਾਰ ਨੂੰ ਘੱਟੋ ਘੱਟ 14 ਦਿਨਾਂ ਲਈ ਤੁਸੀਂ ਆਪਣੇ ਘਰਾਂ ਦੇ ਅੰਦਰ ਲੌਕ ਕਰ ਲਓ, ਦਰਵਾਜ਼ਿਆਂ ਨੂੰ ਆਪਣੇ ਤਾਲੇ ਲਾ ਲਓ, ਨਾ ਕੋਈ ਤੁਹਾਡੇ ਘਰ ਦੇ ਬਾਹਰ ਆਵੇ ਨਾ ਤੁਸੀਂ ਬਾਹਰ ਜਾਓ, ਤਾਂ ਤੁਸੀਂ ਸਮਝ ਲਓ ਕੋਰੋਨਾ ਵਾਸਤੇ ਅੱਧੀ ਜੰਗ ਜਿੱਤ ਲਈ। ਬਹੁਤ ਕੱਲ੍ਹ ਮਾਨਤਾ ਦਾ ਘਾਣ ਹੋਇਆ ਇਹਦੇ ਨਾਲ, ਜਿਹੜਾ ਥਾਲੀਆਂ ਖੜਕਾਈਆਂ ਗਈਆਂ, ਜਿਹੜਾ ਇਹ ਕਾਲਾਬਾਜ਼ਾਰੀ ਕਰ ਰਹੇ ਹੈ, ਮਾਸਕ ਦੀ 10 ਰੁਪਏ ਵਾਲਾ ਸੋਚ ਵੇਚ ਰਹੇ ਹੈ, ਇਹ ਕੋਈ ਕੰਮ ਨਹੀਂ ਕਰਦਾ। ਸਰਕਾਰ ਕੋਰੋਨਾ ਵਾਇਰਸ ਨੂੰ ਨਹੀਂ ਰੋਕ ਸਕਦੀ, ਕੋਈ ਡਾਕਟਰ ਨਹੀਂ ਇਹਨੂੰ ਰੋਕ ਸਕਦਾ। ਕੋਰੋਨਾ ਵਾਇਰਸ ਨੇ ਤੁਹਾਡੇ ਘਰ ਨਹੀਂ ਆਉਣਾ, ਤੁਸੀਂ ਉਹਨੂੰ ਲੈ ਕੇ ਆਉਣਾ। ਹੁਣ ਤਾਂ ਇਹ ਅੰਕੜੇ ਬਾਹਰ ਆਉਣੇ ਹੈ, ਡੇ ਬਾਈ ਡੇ ਇਹ ਮਲਟੀਪਲਾਈ ਦੇਖੋ ਵੱਧਦੇ ਜਾ ਰਹੇ ਹੈ ਕਿ 6 ਘੰਟੇ ਤੱਕ ਵਾਇਰਸ ਮਰਨ ਤੋਂ ਬਾਅਦ ਵੀ ਜ਼ਿੰਦਾ ਰਹਿੰਦਾ। ਤੁਸੀਂ ਤਰਸੋਂਗੇ, ਲਾਸ਼ ਨਹੀਂ ਵੇਖ ਸਕੋਗੇ ਆਪਣੇ ਪਰਿਵਾਰਾਂ ਦੀ ਜੇ ਤੁਸੀਂ ਸੁਚੇਤ ਨਾ ਹੋਏ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦਾ ਵਾਂ। ਮੁੱਦੇ ਕਈ ਹੁੰਦੇ ਨੇ, ਕਈ ਵਾਰੀ ਕੋਈ ਐਸੀ ਮਹਾਂਮਾਰੀ ਫੈਲ ਜਾਂਦੀ ਹੈ ਜਿਹਦੇ ਉੱਪਰ ਗੱਲ ਕਰਨੀ ਸਾਡੇ ਲਈ ਬੜੀ ਜ਼ਰੂਰੀ ਹੁੰਦੀ ਹੈ, ਲੋਕਾਂ ਨੂੰ ਅਵੇਅਰ ਕਰਨਾ, ਕਿਉਂਕਿ ਕਈ ਵਾਰੀ ਅਸੀਂ ਲੋਕ ਅਵੇਅਰ ਨਹੀਂ ਹੁੰਦੇ ਜਿਹਦੇ ਕਰਕੇ ਉਸ ਮਹਾਂਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਥੋੜ੍ਹਾ ਜਿਹਾ ਮੈਂ ਜ਼ਿਕਰ ਕਰਦੇ ਹਾਂ, ਦੁਨੀਆ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ, ਅਨੇਕ ਪ੍ਰਕਾਰ ਦੀਆਂ ਗੱਲਾਂ ਬਾਤਾਂ। ਕੋਈ ਕਹਿ ਰਿਹਾ ਫਲਾਣੇ ਦੇਸ਼ 'ਚੋਂ ਚੱਲਿਆ, ਕੋਈ ਕਹਿ ਰਿਹਾ ਫਲਾਣੇ ਦੇਸ਼ 'ਚੋਂ ਚੱਲਿਆ, ਕੋਈ ਕਹਿ ਰਿਹਾ ਜਾਨਵਰਾਂ ਤੋਂ ਚੱਲਿਆ, ਕੋਈ ਕਹਿ ਰਿਹਾ ਕਿ ਨਹੀਂ ਅਸਲ ਦੇ ਅੰਦਰ ਅਨੇਕ ਤਰ੍ਹਾਂ ਦੇ ਵਾਇਰਸ ਧਰਤੀ ਦੇ ਉੱਪਰ ਹੁੰਦੇ ਨੇ, ਕਦੋਂ ਕਿਹੜਾ ਐਕਟੀਵੇਟ ਹੋ ਜਾਣਾ, ਇਸ ਤਰੀਕੇ ਦੀਆਂ ਗੱਲਾਂ ਬੜੀ ਪ੍ਰਕਾਰ ਦੀਆਂ ਆ ਰਹੀਆਂ ਨੇ। ਪਰ ਮੈਂ ਕਹਿੰਦਾ ਕਾਰਨ ਕੋਈ ਵੀ ਹੋਵੇ, ਦੁਨੀਆ ਨੂੰ ਇੱਕ ਵਾਰੀ ਭੈ ਭੀਤ ਕਰਕੇ ਰੱਖ ਦਿੱਤਾ ਹੈ। ਜਿਹੜੇ ਬੜੇ ਐਡਵਾਂਸ ਮੁਲਕ ਸਨ, ਦੁਨੀਆ ਦੇ ਅੱਗੇ ਇਹ ਸੁਪਰ ਪਾਵਰ ਹੋਣ ਦਾ ਦਾਅਵਾ ਵੀ ਕਰਦੇ ਸਨ, ਇਸ ਕੋਰੋਨਾ ਵਾਇਰਸ ਨੇ ਉਹਨਾਂ ਨੂੰ ਵੀ ਇੱਕ ਵਾਰੀ ਸ਼ਾਂਤ ਕਰ ਦਿੱਤਾ ਵੀ ਨਹੀਂ, ਸੁਪਰ ਪਾਵਰ ਅਜੇ ਤੁਸੀਂ ਨਹੀਂ ਹੋ। ਅਨੇਕ ਪ੍ਰਕਾਰ ਦੀਆਂ ਗੱਲਾਂ ਹੋਈਆਂ, ਕੁਛ ਲੋਕਾਂ ਨੇ ਐਸਾ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮਨੁੱਖ ਹਰ ਜਗ੍ਹਾ ਦੇ ਉੱਪਰ ਵੜ ਚੁੱਕਾ ਸੀ, ਇਹ ਸਮੁੰਦਰਾਂ ਦੇ ਅੰਦਰ ਚਲਾ ਗਿਆ, ਇਹ ਜੰਗਲਾਂ ਦੇ ਵਿੱਚ ਚਲਾ ਗਿਆ, ਇਹ ਆਕਾਸ਼ ਦੇ ਉੱਪਰ ਚਲਾ ਗਿਆ। ਇਸ ਕਰਕੇ ਕੁਦਰਤ ਨੇ ਆਪਣਾ ਦੂਜਾ ਰੂਪ ਦਿਖਾਇਆ ਅਤੇ ਅੱਜ ਇਹਨੂੰ ਘਰਾਂ ਦੇ ਵਿੱਚ ਵਾੜ ਦਿੱਤਾ ਹੈ ਅਤੇ ਕੁਦਰਤ ਨੇ ਮੌਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਚੀਜ਼ਾਂ ਜਿਹੜੀਆਂ ਨੇ ਬੜਾ ਖੁੱਲ੍ਹਾ ਆਮ ਚੱਲਦੀਆਂ ਫਿਰਦੀਆਂ ਨਜ਼ਰ ਆ ਰਹੀਆਂ ਨੇ। ਬੜੀ ਪ੍ਰਕਾਰ ਦੀਆਂ ਗੱਲਾਂ ਹੋਈਆਂ ਨੇ, ਕੋਈ ਅਧਿਆਤਮਿਕ ਤੌਰ ਦੇ ਉੱਪਰ ਗੱਲ ਕਰ ਰਿਹਾ, ਕੋਈ ਸਾਇੰਟੀਫਿਕ ਤੌਰ ਦੇ ਉੱਪਰ ਗੱਲ ਕਰ ਰਿਹਾ, ਪਰ ਕੁੱਲ ਮਿਲਾ ਕੇ ਮੈਂ ਇੱਕ ਬੇਨਤੀ ਕਰਾਂ ਵੀ ਇੱਕ ਵਾਰੀ ਖਤਰਾ ਸਿਰ ਦੇ ਉੱਪਰ ਹੈ ਅਤੇ ਮੇਰੇ ਖਿਆਲ ਦੇ ਵਿੱਚ ਇਹਦੇ ਕੀ ਕਾਰਨ ਹੋਏ ਸਨ ਉਹ ਸਾਰੇ ਕਾਰਨਾਂ ਦੇ ਉੱਪਰ ਸਾਇੰਟਿਸਟ ਜਾਂ ਖੋਜੀ ਜਾਂ ਡਾਕਟਰ ਖੋਜ ਕਰਦੇ ਨੇ। ਸਾਡਾ ਇਸ ਵੇਲੇ ਫਰਜ਼ ਬਣਦਾ ਵੀ ਜੋ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਵੀ ਇਹਦਾ ਬਚਾਅ ਇਹ ਹੈ, ਤੁਸੀਂ ਆਪਣੇ ਘਰਾਂ ਦੇ ਅੰਦਰ ਰਹੋ, ਤੁਸੀਂ ਬਿਨਾਂ ਕੰਮ ਦੇ ਬਾਹਰ ਨਾ ਨਿਕਲੋ, ਸੈਨੀਟਾਈਜ਼ਰ ਦੀ ਵਰਤੋਂ ਕਰੋ, 20 ਸੈਕਿੰਡ ਤੱਕ ਆਪਣੇ ਹੱਥ ਜਿਹੜੇ ਧੋਵੋ। ਮੇਰੇ ਖਿਆਲ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਦੱਸੀਆਂ ਜਾ ਰਹੀਆਂ ਨੇ ਅਸੀਂ ਉਹਨਾਂ ਚੀਜ਼ਾਂ ਦੇ ਉੱਪਰ ਗੌਰ ਕਰੀਏ ਅਤੇ ਗੌਰ ਕਰਕੇ ਆਪਣਾ ਬਚਾਅ ਕਰੀਏ ਵੀ ਕਿਤੇ ਕੋਰੋਨਾ ਵਾਇਰਸ ਦੀ ਜਿਹੜੀ ਇੱਕ ਚੇਨ ਹੈ ਇਹ ਕਿਸੇ ਨਾ ਕਿਸੇ ਤਰੀਕੇ ਟੁੱਟ ਸਕੇ, ਕਿਉਂਕਿ ਅਨੇਕ ਵਿਗਿਆਨਿਕਾਂ ਦਾ ਦਾਅਵਾ ਹੈ ਕਿ ਇਹ ਕਿਸੇ ਵੀ ਚੀਜ਼ ਦੇ ਉੱਪਰ ਇੰਨੇ ਘੰਟੇ ਤੱਕ ਜੀਵਤ ਰਹਿੰਦਾ ਅਤੇ ਜੇ ਉਨੇ ਘੰਟੇ ਤੁਸੀਂ ਅੰਦਰ ਵੜ ਜਾਂਦੇ ਹੋ ਤਾਂ ਉਸ ਜਗ੍ਹਾ ਤੋਂ ਖਤਮ ਹੋ ਜਾਂਦਾ। ਮੇਰੇ ਖਿਆਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਅਤੇ ਇਸ ਕਰਕੇ ਅੱਜ ਦਾ ਅਸੀਂ ਸਪੈਸ਼ਲ ਐਪੀਸੋਡ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਕੁਝ ਐਸੀਆਂ ਸ਼ਖਸੀਅਤਾਂ ਨੇ ਜਿਹੜੀਆਂ ਲੰਮੇ ਸਮੇਂ ਤੋਂ ਕੌਮ ਦੀ ਸੇਵਾ ਕਰਦੀਆਂ ਆ ਰਹੀਆਂ ਨੇ, ਸਮਾਜ ਦੀ ਸੇਵਾ ਕਰਦੀਆਂ ਆ ਰਹੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਉੱਭਰ ਕੇ ਆ ਜਾਂਦਾ, ਸਰਦਾਰ ਤਰਨਜੀਤ ਸਿੰਘ ਨਮਾਣਾ, ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ, ਅਤੇ ਕਰੀਬ ਇਹਨਾਂ ਨੇ ਸੈਂਕੜੇ ਦੀ ਤਾਦਾਦ ਵਿੱਚ ਹੁਣ ਤੱਕ ਕੈਂਪ ਲਗਾਏ ਨੇ, ਅਨੇਕਾਂ ਐਸੇ ਲੋੜਵੰਦਾਂ ਨੂੰ ਖੂਨ ਮੁਹੱਈਆ ਕਰਵਾਇਆ ਜਿਹੜੇ ਬਿਲਕੁਲ ਐਨ ਬਾਰਡਰ ਲਾਈਨ ਦੇ ਉੱਪਰ ਹੀ ਪਏ ਸਨ ਕਿ ਜੇ ਖੂਨ ਮਿਲ ਗਿਆ, ਬਲੱਡ ਮਿਲ ਗਿਆ ਤਾਂ ਬਚਾਅ ਹੋ ਸਕਦਾ, ਵਰਨਾ ਬਚਾਅ ਨਹੀਂ ਹੋਵੇਗਾ। ਇਹਨਾਂ ਨੇ ਅਨੇਕਾਂ ਕੈਂਪ ਲਾ ਕੇ ਮਾਨਵਤਾ ਦਾ ਭਲਾ ਕੀਤਾ ਅਤੇ 7 ਵਾਰ ਸਟੇਟ ਅਵਾਰਡ ਇਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਕਰਕੇ ਮਿਲਿਆ। ਅਤੇ ਮੈਂ ਥੋੜ੍ਹਾ ਹੋਰ ਵੀ ਜ਼ਿਕਰ ਕਰਦੇ ਹਾਂ, ਪਿਛਲੇ ਦਿਨਾਂ ਦੇ ਅੰਦਰ ਸਰਕਾਰੀ ਤੌਰ ਦੇ ਉੱਪਰ ਜਦੋਂ ਕੋਰੋਨਾ ਵਾਇਰਸ ਨੇ ਇੱਕ ਮਹਾਂਮਾਰੀ ਐਲਾਨ ਦਿੱਤੀ ਗਈ ਅਤੇ ਇਹਨਾਂ ਵੀਰਾਂ ਦੀ ਟ੍ਰੇਨਿੰਗ ਹੋਈ ਹੈ, ਟ੍ਰੇਨਿੰਗ ਦੇ ਵਿੱਚ ਇਹਨਾਂ ਨੂੰ ਬੜਾ ਕੁਝ ਦੱਸਿਆ ਗਿਆ ਅਤੇ ਮੇਰਾ ਮਨ ਕੀਤਾ ਕਿ ਜੇ ਇਹਨਾਂ ਦੀ ਟ੍ਰੇਨਿੰਗ ਹੋਈ ਹੈ ਅਤੇ ਟ੍ਰੇਨਿੰਗ ਦੇ ਵਿੱਚ ਵੱਡੇ ਵੱਡੇ ਡਾਕਟਰ ਸਾਹਿਬਾਨਾਂ ਨੇ ਇਹਨਾਂ ਨੂੰ ਕੋਈ ਗਾਈਡੈਂਸ ਦਿੱਤੀ ਹੈ ਅਤੇ ਅਸੀਂ ਉਹ ਸਾਰੀਆਂ ਚੀਜ਼ਾਂ ਆਪਣੇ ਚੈਨਲ ਦੇ ਉੱਪਰ ਬੁਲਵਾਈਏ ਤਾਂ ਕਿ ਲੱਖਾਂ ਲੋਕਾਂ ਦਾ ਭਲਾ ਹੋ ਸਕੇ। ਆਓ ਇਹਨਾਂ ਦੇ ਕੋਲ ਜਾਣਦੇ ਹਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਾਣਾ ਸਾਹਿਬ, ਸਾਨੂੰ ਇੱਕ ਜਾਣਕਾਰੀ ਦੇ ਦਿਓ, ਕਿਉਂਕਿ ਅਸੀਂ ਜ਼ਿਆਦਾ ਸਮਾਂ ਇਸ ਮੁੱਦੇ ਦੇ ਉੱਪਰ ਨਾ ਲਾਈਏ,
ਤੁਹਾਡੀਆਂ ਸੇਵਾਵਾਂ ਬੜੀਆਂ ਮਹਾਨ ਨੇ, ਉਹਨਾਂ ਸੇਵਾਵਾਂ ਦੇ ਪ੍ਰਤੀ ਫਿਰ ਕਿਸੇ ਦਿਨ ਆਪਾਂ ਇੱਕ ਸਪੈਸ਼ਲ ਐਪੀਸੋਡ ਕਰਾਂਗੇ। ਬਟ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਤੁਹਾਡਾ ਮੇਲਾ ਜੇਲਾ ਹੁੰਦਾ ਰਹਿੰਦਾ, ਕਿਉਂਕਿ ਤੁਹਾਡਾ ਬਲੱਡ ਦਾ ਕੰਮ ਹੈ ਜੀ। ਫਿਰ ਜਿਹੜੇ ਹੈਲਥ ਡਿਪਾਰਟਮੈਂਟ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨਾਲ ਵੀ ਤੁਹਾਡਾ ਮੇਲਾ ਗੇਲਾ ਹੁੰਦਾ ਰਹਿੰਦਾ, ਕਿਉਂਕਿ ਤੁਹਾਡਾ ਵੀ ਬਲੱਡ ਤੁਸੀਂ ਉਹਨਾਂ ਨੂੰ ਦਿੰਦੇ ਹੋ ਜੀ, ਬਲੱਡ ਕੈਂਪ ਤੁਹਾਡੇ ਲੱਗਦੇ ਨੇ। ਹੁਣ ਤੁਹਾਡੇ ਸੰਪਰਕ ਦੇ ਵਿੱਚ ਨੇ, ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਇੱਕ ਸਮਾਜ ਸੇਵੀ ਹੈ, ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਲੱਖਾਂ ਲੋਕਾਂ ਦਾ ਅੱਗੇ ਭਲਾ ਹੋ ਸਕੇ, ਉਹ ਟ੍ਰੇਨਿੰਗ ਕਦੋਂ ਹੋਈ ਅਤੇ ਉਹਦੇ ਵਿੱਚ ਕੀ ਕੁਛ ਤੁਹਾਨੂੰ ਦੱਸਿਆ ਗਿਆ? ਮਖੂ ਸਾਹਿਬ, ਅੱਜ ਤੋਂ 5-6 ਦਿਨ ਪਹਿਲਾਂ ਸਾਡੀ ਸੁਸਾਇਟੀ ਦੀ ਟ੍ਰੇਨਿੰਗ ਹੋਈ ਉੱਥੇ, ਅਤੇ ਉਹਦੇ 'ਚ ਸਾਨੂੰ ਉਹਨਾਂ ਨੇ ਕੋਰੋਨਾ ਵਾਇਰਸ ਬਾਰੇ ਦੱਸਿਆ ਕਿ ਇਹ ਕਿਸ ਤਰ੍ਹਾਂ ਫੈਲ ਰਿਹਾ, ਉਹਦਾ ਇਹਦਾ ਆਪਾਂ ਕਿਸ ਤਰ੍ਹਾਂ ਬਚਾਅ ਕਰਨਾ। ਅਤੇ ਉਹਦੇ ਬਾਰੇ ਜਿਹੜੇ ਉਹਨਾਂ ਜੁਰੀ ਗੱਲਾਂ ਦੱਸੀਆਂ, ਉਹਦੇ ਵਿੱਚ ਇਹ ਸੀਗਾ ਕਿ ਪਹਿਲਾਂ ਤਾਂ ਇਹਦੇ ਜਿਹੜੇ ਲੱਛਣ ਨੇ, ਉਹ ਲੱਛਣ ਨੇ ਸੁੱਕੀ ਖੰਘ, ਨਿੱਛਾਂ, ਜ਼ੁਕਾਮ, ਤੇਜ਼ ਬੁਖਾਰ। ਅਗਰ ਇਹ ਹੁੰਦਾ ਤਾਂ ਇਹਦੇ ਨਾਲ ਕਿ ਉਹ ਮਰੀਜ਼ ਹੈ, ਸ਼ੱਕੀ ਮਰੀਜ਼ ਹੈ, ਕਨਫਰਮ ਨਹੀਂ ਹੈ। ਅੱਛਾ, ਕਨਫਰਮ ਨਹੀਂ ਹੈ? ਕਨਫਰਮ ਨਹੀਂ ਹੈ ਵੀ ਸ਼ੱਕੀ ਮਰੀਜ਼ ਹੈ, ਸ਼ੱਕੀ ਮਰੀਜ਼ ਹੈ। ਮੈਂ ਤੁਹਾਡੀ ਗੱਲ ਰੋਕਦਾ ਵਾਂ, ਆਹ ਜਿਹੜੇ ਦਿਨ ਨੇ ਜਦੋਂ ਸਿਆਲ ਲੰਘ ਕੇ ਗਰਮੀ ਆਉਂਦੀ ਹੈ, ਕਈ ਵਾਰੀ ਇਹਨਾਂ ਦਿਨਾਂ ਦੇ ਅੰਦਰ ਰੁੱਤ ਬਦਲਦੀ ਕਰਕੇ ਖੰਘ ਜ਼ੁਕਾਮ ਆਪਣੇ ਘਰਾਂ ਪਰਿਵਾਰਾਂ ਵਿੱਚ ਆਮ ਰਹਿੰਦਾ ਹੁੰਦਾ ਸੀ। ਹੁਣ ਜਿਹਨੂੰ ਆਮ ਰਹਿਣ ਲੱਗ ਪਿਆ ਜਾਂ ਆਮ ਇਸ ਤਰੀਕੇ ਦੀ ਪ੍ਰੋਬਲਮ ਆ ਜਾਂਦੀ ਸੀ, ਫਿਰ ਉਹਨਾਂ ਨੂੰ ਵੀ ਅਸੀਂ ਉਸੇ ਕੈਟਾਗਰੀ ਵਿੱਚ ਗਿਣ ਦਿਆਂਗੇ? ਨਹੀਂ, ਬਿਲਕੁਲ ਤੁਸੀਂ ਉਹਨਾਂ ਨੂੰ ਐਸੇ ਕੈਟਾਗਰੀ ਨਹੀਂ ਗਿਣ ਸਕੇ। ਇਹ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜਾ ਇਹਨਾਂ ਦਿਨਾਂ ਵਿੱਚ ਜਦੋਂ ਮੌਸਮ ਚੇਂਜ ਹੁੰਦਾ ਅਤੇ ਆਮ ਗੱਲਾਂ ਨੇ, ਵਾਇਰਲ ਖਾਂਸੀ ਜ਼ੁਕਾਮ ਨੋਰਮਲ ਜਿਹੀ ਗੱਲਾਂ ਨੇ, ਪਰ ਅਸੀਂ ਇਹਨੂੰ ਕੋਰੋਨਾ ਵਾਇਰਸ ਨਾਲ ਨਹੀਂ ਅਟੈਚ ਕਰ ਸਕਦੇ ਜੀ। ਇਹਦੇ ਉੱਤੇ ਬਸ ਇੱਕ ਪ੍ਰੀਕੋਸ਼ਨ ਰੱਖਣ ਦੀ ਜ਼ਰੂਰ ਲੋੜ ਹੈ ਕਿ ਜਿਹਨੂੰ ਖਾਂਸੀ ਜ਼ੁਕਾਮ ਜਾਂ ਬੁਖਾਰ ਹੈਗਾ, ਉਹ ਘੱਟੋ ਘੱਟ ਨਹੀਂ 7-8 ਦਿਨ ਆਪਣੇ ਘਰ ਦੇ ਵਿੱਚ ਰਹੇ, ਘਰੋਂ ਬਾਹਰ ਨਾ ਨਿਕਲੇ। ਔਰ ਦੂਸਰਾ, ਜਿਹੜਾ ਸਰਕਾਰ ਨੇ ਜੋ ਸਾਨੂੰ ਜਾਣਕਾਰੀ ਟ੍ਰੇਨਿੰਗ ਦਿੱਤੀ ਹੈ ਇਹਦੀ, ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਦਾ ਜਿਹੜਾ ਹੈਗਾ, ਇੱਕ ਤੋਂ ਇਹ ਦੂਸਰੇ ਤੋਂ ਫੈਲਦਾ ਵੀ ਛੂਤ ਦੀ ਬਿਮਾਰੀ ਦੀ ਤਰ੍ਹਾਂ, ਛੂਤ ਦੀ ਬਿਮਾਰੀ ਹੈ ਜੀ, ਟੱਚ ਕਰਨ ਦੇ ਨਾਲ, ਟੱਚ ਕਰਨ, ਇੱਕ ਤੋਂ ਦੂਸਰੇ, ਪਹਿਲੀ ਸਟੇਜ ਹੈ ਇੱਕ ਤੋਂ ਦੂਸਰਾ, ਹਾਂ, ਦੂਸਰੇ ਤੋਂ 4 ਜਗ੍ਹਾ ਫੈਲ ਜਾਏ, ਇਹ ਦੂਸਰੀ ਸਟੇਜ ਹੈ। ਉਸ ਤੋਂ ਬਾਅਦ ਜਦੋਂ ਇਹ ਕਮਿਊਨਿਟੀ 'ਚ ਆ ਜਾਂਦਾ, ਇਹ ਥਰਡ ਸਟੇਜ 'ਚ ਆ ਜਾ। ਅੱਜ ਸਾਡਾ ਦੇਸ਼ ਥਰਡ ਸਟੇਜ 'ਚ ਹੈ ਜੀ, ਅਤੇ ਇਹਦੇ ਨਾਲ ਸਾਡੇ ਦੇਸ਼ ਮਹਾਂਮਾਰੀ ਫੈਲਣ ਦਾ ਬਹੁਤ ਵੱਡਾ ਖਤਰਾ, ਜਿਸ ਕਰਕੇ ਇਹ ਦੇਸ਼ ਨੂੰ ਲੋਕਡਾਊਨ ਕੀਤਾ ਗਿਆ। ਖਤਰਾ ਤੇ ਸਿਰ ਦੇ ਉੱਤੇ ਆ ਨਾ, ਦੇਖੋ ਖਤਰਾ ਨਾ ਹੁੰਦਾ ਤੇ ਕਰਫਿਊ ਨਾ ਲੱਗਦਾ, ਖਤਰਾ ਨਾ ਹੁੰਦਾ ਲੋਕਡਾਊਨ ਨਾ ਹੁੰਦਾ, ਖਤਰਾ ਨਾ ਹੁੰਦਾ ਪਲੇਨ ਟ੍ਰੇਨ ਰੱਦ ਨਾ ਹੁੰਦੀਆਂ, ਬੱਸਾਂ ਦੀ ਆਵਾਜਾਈ ਰੱਦ ਨਾ ਹੁੰਦੀ। ਇਹਦਾ ਮਤਲਬ ਖਤਰਾ ਤੇ ਸਿਰ ਦੇ ਉੱਪਰ ਬਹੁਤ ਵੱਡਾ, ਪਰ ਇਹਦੇ ਤੋਂ ਬਚਾਅ ਦੇ ਲਈ ਤੁਹਾਨੂੰ ਉੱਥੇ ਕੀ ਦੱਸਿਆ ਗਿਆ ਵੀ ਸਭ ਤੋਂ ਵੱਡਾ ਇਹਦਾ ਬਚਾਅ ਕਿਵੇਂ ਆ? ਮੁੱਖ ਸਾਹਿਬ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਅਸੀਂ, ਸਾਡਾ ਦੇਸ਼ ਭਾਗਾਵਲ ਹੈ ਕਿ ਸਾਡੇ ਕੋਲ ਇਹ ਆਇਆ ਬਾਹਰੋਂ, ਇਹ ਬਹੁਤ ਦੇਰ ਬਾਅਦ ਇੱਥੇ ਕਰੋਨਾ ਵਾਇਰਸ ਆਇਆ, ਜਦਕਿ ਇਹਦੇ ਚਾਈਨਾ, ਇਟਲੀ ਜਿਹੜੇ ਵਿਕਸਿਤ ਦੇਸ਼ ਨੇ, ਬਹੁਤ ਵੱਡੀ ਤਦਾਦ 'ਤੇ ਇਹ ਪ੍ਰਭਾਵਿਤ ਹੋਏ ਨੇ, ਹਜ਼ਾਰਾਂ ਦੀ ਗਿਣਤੀ 'ਚ ਮੌਤਾਂ ਹੋ ਚੁੱਕੀਆਂ। ਅਤੇ ਸਾਨੂੰ ਇੱਕ ਉੱਥੋਂ ਪ੍ਰੇਰਣਾ ਮਿਲ ਰਹੀ ਹੈ, ਸਬਕ ਮਿਲ ਰਿਹਾ ਕਿ ਸਾਨੂੰ ਉੱਥੋਂ ਸਬਕ ਲੈਣਾ ਚਾਹੀਦਾ ਇਹ ਕਿ ਸਾਨੂੰ ਆਪਣੇ ਇਹਦਾ ਜਿਹੜਾ ਇੱਕੋ ਇੱਕ ਫਾਰਮੂਲਾ ਇਹਦਾ ਬਚਾਅ ਦਾ, ਹੋਰ ਕੋਈ ਨਹੀਂ ਹੈਗਾ, ਉਹ ਇਹ ਹੈਗਾ ਕਿ ਤੁਸੀਂ ਘੱਟੋ ਘੱਟ ਨਹੀਂ ਆਪਣੇ ਆਪਣੇ ਪਰਿਵਾਰ ਨੂੰ ਘੱਟੋ ਘੱਟ 14 ਦਿਨਾਂ ਲਈ ਤੁਸੀਂ ਆਪਣੇ ਘਰਾਂ ਦੇ ਅੰਦਰ ਲੌਕ ਕਰ ਲਓ, ਦਰਵਾਜ਼ਿਆਂ ਨੂੰ ਆਪਣੇ ਤਾਲੇ ਲਾ ਲਓ, ਨਾ ਕੋਈ ਤੁਹਾਡੇ ਘਰ ਦੇ ਬਾਹਰ ਆਵੇ, ਨਾ ਤੁਸੀਂ ਬਾਹਰ ਜਾਓ, ਤਾਂ ਤੁਸੀਂ ਸਮਝ ਲਓ ਕੋਰੋਨਾ ਵਾਇਰਸ 'ਤੇ ਅੱਧੀ ਜੰਗ ਜਿੱਤ ਲਈ। ਅੱਛਾ, ਇਹ ਵੈਸੇ ਜਿਹੜੇ ਐਡਵਾਂਸ ਮੁਲਕ ਨੇ, ਫੋਰ ਐਗਜ਼ਾਮਪਲ ਆਪਾਂ ਅਮੈਰੀਕਾ ਦੀ ਗੱਲ ਕਰ ਲਈਏ, ਆਪਾਂ ਇਟਲੀ ਦੀ ਗੱਲ ਕਰ ਲਈਏ, ਅਤੇ ਉੱਥੇ ਵੀ ਇਹ ਹਦਾਇਤ ਕੀਤੀ ਗਈ ਉੱਥੋਂ ਦੀਆਂ ਸਰਕਾਰਾਂ ਵੱਲੋਂ ਵੀ ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ। ਜੇ ਕੋਈ ਘਰਾਂ ਤੋਂ ਬਾਹਰ ਨਿਕਲਦਾ ਬਿਨਾਂ ਕੰਮ 'ਤੇ, ਜੇ ਕੋਈ ਕੰਮ 'ਤੇ ਜਾ ਰਿਹਾ, ਜਿਵੇਂ ਕਿ ਕੰਮ 'ਤੇ ਸਾਰੇ ਵੱਧ ਰਹੇ ਵੀ, ਜਿਵੇਂ ਕੋਈ ਘਰ ਦਾ ਰਾਸ਼ਨ ਮੁੱਕ ਗਿਆ ਜਾਂ ਪਾਣੀ ਮੁੱਕ ਚੁੱਕਾ, ਉਹ ਲੈਣ ਦੇ ਲਈ ਜਾ ਰਿਹਾ, ਉਹ ਤਾਂ ਠੀਕ ਹੈ। ਜੇ ਕੋਈ ਬਿਨਾਂ ਕਾਰਨ ਦੇ ਕਰਕੇ ਤੁਹਾਨੂੰ ਬਾਹਰ ਮਿਲ ਜਾਂਦਾ ਆ, ਤਾਂ ਬਕਾਇਦਾ ਬਹੁਤ ਵੱਡਾ ਭਾਰੀ ਜੁਰਮਾਨਾ ਵੀ ਹੁੰਦਾ, ਜੇਲ੍ਹ ਵੀ ਹੋ ਸਕਦੀ ਹੈ। ਮਖੂ ਸਾਹਿਬ, ਬਿਲਕੁਲ, ਜਿਹੜੇ ਦੇਸ਼ ਅੱਜ ਇਟਲੀ ਵਰਗੇ ਪ੍ਰਧਾਨ ਮੰਤਰੀ ਨੇ, ਜਿਹੜੇ ਦੁਨੀਆ ਦਾ ਇੱਕ ਨੰਬਰ ਸਿਹਤ ਵਿਭਾਗਾਂ ਵਿੱਚ ਮੈਡੀਕਲ ਸੇਵਾਵਾਂ ਦੇ ਵਿੱਚ ਆਉਂਦਾ ਹੈ, ਉਸ ਦੇਸ਼ ਨੂੰ ਸਭ ਤੋਂ ਵੱਡੀ ਮਾਰ ਪਈ। ਉਹਦੇ ਪ੍ਰਧਾਨ ਮੰਤਰੀ ਘਰ ਰੋ ਕੇ ਉਹਨੇ ਹੱਥ ਖੜੇ ਕਰਤੇ ਕਿ ਸਾਨੂੰ ਕੋਈ ਨਾ ਰੱਬ ਸ਼ਕਤੀ ਹੀ ਕੋਈ ਬਚਾ ਸਕਦੀ ਹੈ। ਉਹਨਾਂ ਨੇ ਵੀ ਆਪਣੇ ਦੇਸ਼ ਦੇ ਲੋਕਾਂ ਨੂੰ ਅਵੇਅਰ ਕੀਤਾ ਸੀਗਾ। ਪਰ ਇੱਕ ਕੰਟਰੀ ਦੇ ਵਿੱਚ ਇੰਨੀਆਂ ਮੌਤਾਂ ਇੱਕ ਦਿਨ ਦੇ ਵਿੱਚ ਹੋ ਜਾਣੀਆਂ, 793 ਜਾਂ 800 ਮੌਤਾਂ ਹੋ ਜਾਣੀਆਂ, ਅਤੇ ਕਿਤੇ ਨਾ ਕਿਤੇ ਉਸ ਦੇਸ਼ ਨੂੰ ਝੰਜੋੜ ਕੇ ਰੱਖ ਦਿੰਦਾ ਵੀ ਇੱਕ ਐਸੀ ਬਿਮਾਰੀ, ਐਸੀ ਮਹਾਂਮਾਰੀ ਵੀ ਇੱਕ ਦਿਨ ਦੇ ਅੰਦਰ। ਇਹ ਤਾਂ ਦੋਸਤੋ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਾਂਝ ਪਾ ਦਿਆਂ, ਜਦੋਂ ਗੱਲ ਇਟਲੀ ਵਰਗੇ ਮੁਲਕ ਦੀ ਚੱਲਦੀ ਹੈ
ਤੇ ਕਾਫੀ ਵੀਰ ਸਾਡੇ ਸੰਪਰਕ ਦੇ ਵਿੱਚ ਨੇ ਕਿਉਂਕਿ ਅਸੀਂ ਵੀ ਅਕਸਰ ਹੀ ਫੋਰਨ ਦੇ ਵਿੱਚ ਜਦੋਂ ਜਾਂਦੇ ਹਾਂ ਅਤੇ ਉਹ ਵੀਰ ਭਰਾ ਸਾਡੇ ਲਿੰਕ ਦੇ ਵਿੱਚ ਹੁੰਦੇ ਨੇ, ਲਿੰਕ ਦੇ ਵਿੱਚ ਹੋਣ ਕਰਕੇ ਕਿਤੇ ਨਾ ਕਿਤੇ ਗੱਲਬਾਤ ਚੱਲਦੀ ਹੈ ਵੀ ਤੁਹਾਡੇ ਇਸ ਤਰ੍ਹਾਂ ਕਰਕੇ ਮਹਾਂਮਾਰੀ ਫੈਲ ਚੁੱਕੀ ਹੈ ਅਤੇ ਐਡਵਾਂਸ ਮੁਲਕਾਂ ਨੂੰ ਜਦੋਂ ਪੁੱਛਦੇ ਹਾਂ ਵੀ ਤੁਹਾਨੂੰ ਇੱਥੋਂ ਦੀਆਂ ਸਰਕਾਰਾਂ ਨੇ ਕਿਹੜੀ ਮੈਡੀਸਨ ਦਿੱਤੀ ਅਤੇ ਉਹ ਕਹਿੰਦੇ ਵੀ ਸਾਨੂੰ ਇੱਥੋਂ ਦੀਆਂ ਸਰਕਾਰਾਂ ਨੇ ਗੱਲ ਕਹੀ ਕਿ ਆਪੋ ਆਪਣੇ ਘਰਾਂ ਦੇ ਵਿੱਚ ਕੈਦ ਹੋ ਜਾਓ, ਬਿਨਾਂ ਵਜ੍ਹਾ ਦੇ ਘਰਾਂ 'ਚੋਂ ਬਾਹਰ ਨਾ ਨਿਕਲੋ, ਕਿਉਂਕਿ ਜੇ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲਦੇ ਤਾਂ ਕੋਰੋਨਾ ਵਾਇਰਸ ਦੀ ਚੇਨ ਟੁੱਟਦੀ ਹੈ, ਇਹ ਚੇਨ ਖਤਮ ਹੁੰਦੀ ਹੈ ਅਤੇ ਜੇ ਕੋਈ ਇਹਦਾ ਪੇਸ਼ੈਂਟ ਹੈ ਤਾਂ ਉਹ ਉੱਥੋਂ ਦੇ ਹਸਪਤਾਲਾਂ ਦੇ ਅੰਦਰ ਸਪੈਸ਼ਲ ਤੌਰ ਦੇ ਉੱਪਰ ਜਗ੍ਹਾ ਬਣੀਆਂ ਹੋਈਆਂ ਨੇ ਜਿੱਥੇ ਚਲਾ ਜਾਂਦਾ, ਜਿੱਥੇ ਉਹਨੂੰ ਲੈ ਜਾਂਦੇ ਨੇ ਔਰ ਉਹਦਾ ਟ੍ਰੀਟਮੈਂਟ ਜਾਂ ਜੋ ਵੀ ਇਲਾਜ ਹੈ ਉਹ ਸਾਰਾ ਉੱਥੇ ਚੱਲਦਾ। ਪਰ ਸਭ ਤੋਂ ਵੱਡੀ ਉਹਨਾਂ ਨੇ ਜੋ ਹਦਾਇਤ ਕੀਤੀ ਹੈ ਉਹਨਾਂ ਮੁਲਕਾਂ ਨੇ, ਮੈਂ ਕਹਿੰਦਾ ਕਿ ਇੱਥੇ ਬਾਅਦ ਵਿੱਚ ਆਇਆ, ਕਿਤੇ ਵੀ ਨਹੀਂ ਸੀ ਜਾਣਾ ਚਾਹੀਦਾ, ਦੁਖਦ ਹੈ ਕਿਉਂਕਿ ਜਿੱਥੇ ਵੀ ਮਾਨਵਤਾ ਮਰਦੀ ਹੈ ਅਸੀਂ ਮਾਨਵਤਾ ਨੂੰ ਪਿਆਰ ਕਰਨ ਵਾਲਿਆਂ ਸਾਨੂੰ ਦੁੱਖ ਲੱਗਦਾ। ਬਟ ਮੈਂ ਗੱਲ ਕਰਦਾ ਮੈਂ ਭਾਰਤ ਦੇ ਅੰਦਰ ਬਾਅਦ ਵਿੱਚ ਆਇਆ, ਜੇ ਬਾਅਦ ਵਿੱਚ ਆਇਆ ਤਾਂ ਇਹਦੇ ਅਰਥ ਨੇ ਵੀ ਜਿਹੜੇ ਐਡਵਾਂਸ ਮੁਲਕ ਨੇ ਉਹਨਾਂ ਦੇ ਵਿੱਚ ਇਹ ਪਹਿਲਾਂ ਆ ਗਿਆ ਅਤੇ ਉਹਨਾਂ ਦੇ ਕੋਲੋਂ ਤਜਰਬੇ ਤਾਂ ਲੈ ਲੈਣੇ ਚਾਹੀਦੇ ਨੇ, ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਇੱਕ ਇੱਕ ਖਬਰ ਆਪਣੇ ਕੋਲ ਆਉਂਦੀ ਰਹਿੰਦੀ ਹੈ, ਵਟਸਐਪ 'ਤੇ ਆਉਂਦੀ ਰਹਿੰਦੀ ਹੈ, ਫੇਸਬੁੱਕ 'ਤੇ ਆਉਂਦੀ ਰਹਿੰਦੀ ਹੈ, ਘੱਟੋ ਘੱਟ ਸਾਨੂੰ ਤਜਰਬੇ ਤਾਂ ਲੈਣੇ ਚਾਹੀਦੇ ਵੀ ਉਹਨਾਂ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਕਿਹੜੀ ਹਦਾਇਤ ਦਿੱਤੀ ਹੈ, ਕਿਉਂਕਿ ਉੱਥੇ ਵੀ ਇਹੀ ਪ੍ਰੋਬਲਮ ਹੈ। ਇਹ ਪ੍ਰੋਬਲਮ ਪੂਰੇ ਵਰਲਡ ਤੋਂ ਅੱਗੇ ਫੈਲਦੀ ਫੈਲਦੀ ਇੱਥੇ ਆ ਰਹੀ ਹੈ ਭਾਰਤ ਦੇ ਅੰਦਰ, ਅਤੇ ਇਹਦਾ ਹੁਣ ਹੱਲ ਕੀ ਕੀਤਾ ਜਾ ਸਕੇ? ਅਤੇ ਇਹਦਾ ਹੱਲ ਇਹ ਹੈ ਕਿ 14 ਦਿਨਾਂ ਦੇ ਲਈ ਘੱਟੋ ਘੱਟ ਆਪਣੇ ਆਪ ਨੂੰ ਆਪਣੇ ਘਰ ਦੇ ਅੰਦਰ ਕੈਦ ਕਰ ਲਵੋ, ਜੋ ਘਰ ਦੇ ਵਿੱਚ ਤੁਹਾਡੇ ਕੋਲ ਰਾਸ਼ਨ ਪਿਆ ਉਹਨੂੰ ਖਾਣਾ ਸ਼ੁਰੂ ਕਰ ਦਿਓ ਤਾਂ ਕਿ ਇਹਦੀ ਚੇਨ ਖਤਮ ਹੋ ਸਕੇ, ਕਿਸੇ ਨਾਲ ਮਿਲਣਾ ਜੁਲਣਾ ਬੰਦ ਕਰ ਦਿਓ, ਜੇ ਕੋਈ ਜ਼ਰੂਰੀ ਹੈ ਫੋਨ ਦੇ ਉੱਪਰ ਗੱਲ ਕਰ ਲਵੋ। ਵੈਸੇ ਤਾਂ ਸਰਕਾਰ ਨੇ ਇਹ ਹਦਾਇਤ ਕੀਤੀ ਹੈ, ਉੱਥੋਂ ਦੀ ਸਰਕਾਰ ਨੇ ਵੀ ਇਹ ਹਦਾਇਤ ਕੀਤੀ ਹੈ, ਸੋ ਇਸ ਕਰਕੇ ਸਾਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ, ਡਰਨ ਦੀ ਨਹੀਂ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਸੁਚੇਤ ਹੋਣਾ ਬੜੀ ਇੱਕ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ, ਅਸੀਂ ਆਪ ਜ਼ਿੰਮੇਵਾਰ ਹਾਂ, ਸਾਡਾ ਪਰਿਵਾਰ ਵੀ ਜ਼ਿੰਮੇਵਾਰ ਹੋਣਾ ਚਾਹੀਦਾ। ਇੱਥੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ 14 ਦਿਨਾਂ ਦੇ ਲਈ ਆਪਣੇ ਆਪ ਨੂੰ ਘਰ ਦੇ ਵਿੱਚ ਕੈਦ ਕਰ ਲਓ, ਕੱਲ੍ਹ ਸੀ ਕਰਫਿਊ, ਜਦੋਂ ਗੱਲ ਕਰਫਿਊ ਦੀ ਚੱਲੀ ਤਾਂ ਕਰਫਿਊ ਸੀ 7 ਵਜੇ ਤੋਂ ਲੈ ਕੇ 9 ਵਜੇ ਤੱਕ, 5 ਵਜੇ ਮੋਦੀ ਸਾਹਿਬ ਦਾ ਭਾਸ਼ਣ ਸੀ ਵੀ ਭਾਂਡੇ ਖੜਕਾਓ, ਅਤੇ ਇਹ ਜਿਹੜਾ ਜਿਹੜੇ ਕੰਮ ਕਾਰ ਕਰਦੇ ਪਏ ਨੇ ਵਿਭਾਗੀ ਡਿਊਟੀਆਂ ਦੇ ਰਹੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ। ਵੈਸੇ ਮੈਨੂੰ ਸਮਝ ਨਹੀਂ ਆਈ ਵੀ ਭਾਂਡੇ ਖੜਕਾਉਣ ਵਾਲਾ ਕਿਹੜਾ ਤਰੀਕਾ ਸੀ, ਦੁਨੀਆ ਭਾਂਡੇ ਖੜਕਾਏ, ਲੋਕਾਂ ਭਾਂਡੇ ਖੜਕਾਉਂਦੇ ਸੜਕਾਂ ਦੇ ਉੱਪਰ ਆ ਗਏ, ਸੜਕਾਂ 'ਤੇ ਫਿਰ ਕੱਟ ਹੋ ਗਿਆ, ਫਿਰ ਲਾਲਾ ਲਾਲਕ ਹੋ ਗਈ, ਫਿਰ ਉਹ ਕਰਫਿਊ ਦੀ ਵੀ ਐਸੀ ਕਿ ਤੈਸੀ ਫੇਰ ਕੇ ਰੱਖ ਦਿੱਤੀ। ਜੇ ਸੱਚੀ ਮੁੱਚੀ ਉਹਨਾਂ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨਾ ਹੈ ਜਿਹੜੇ ਵਿਭਾਗੀ ਡਿਊਟੀ ਕਰਦੇ ਨੇ, ਤਾਂ ਉਹਨਾਂ ਨੂੰ ਰੈਗੂਲਰ ਕਰ ਦਿਓ, ਉਹਨਾਂ ਨੂੰ ਪੱਕੇ ਕਰ ਦਿਓ, ਖਾਲੀ ਪਈਆਂ ਅਸਾਮੀਆਂ ਭਰ ਦਿਓ, ਕੰਮ ਤਾਂ ਆਹ ਸੀ ਕਰਨ ਵਾਲਾ। ਜੇ ਉਤਸ਼ਾਹਿਤ ਕਰਨ ਦੇ ਉੱਪਰ ਆਇਓ, ਇਹ ਕਿਹੜਾ ਉਤਸ਼ਾਹ ਦਿਆ ਵੀ ਭਾਂਡੇ ਖੜਕਾ ਦਿਓ, ਅਤੇ ਦੁਨੀਆ ਨੇ ਜਦੋਂ ਭਾਂਡੇ ਖੜਕਾਏ ਸੜਕਾਂ ਦੇ ਉੱਪਰ ਆਏ ਤਾਂ ਕਰਫਿਊ ਦੀ ਵੀ ਐਸੀ ਤੈਸੀ ਫੇਰ ਦਿੱਤੀ। ਹੁਣ ਇਹਦੇ ਨਾਲ ਕਰੋਨਾ ਘੱਟਦਾ ਪਿਆ ਕਿ ਕਰੋਨਾ ਵੱਧਦਾ ਪਿਆ? ਮਾਖੂ ਸਾਹਿਬ, ਇਹ ਕਰੋਨਾ ਜਿਹੜਾ ਇੱਕ ਤੋਂ ਦੂਜੇ ਨਾਲ ਫੈਲਦਾ। ਤੁਸੀਂ ਕਿਸੇ ਕੋਲੋਂ ਮੰਨ ਲਓ ਬਾਜ਼ਾਰ ਦੇ ਵਿੱਚ ਦੁੱਧ ਲੈਣ ਗਏ ਹੋ, ਸਬਜ਼ੀ ਲੈਣ ਗਏ ਹੋ, ਤਾਂ ਜੇ ਉਹ ਪੀੜਤ ਹੈ ਅਤੇ ਉਹ ਤੁਹਾਡੇ, ਚਾਹੇ ਤੁਸੀਂ ਨੋਟਾਂ ਦਾ ਲੈਣ ਦੇਣ ਵੀ ਕਰ ਰਹੇ ਹੋ, ਕਿਸੇ ਨੂੰ ਮਿਲ ਰਹੇ ਹੋ, ਇਹ ਕਰੋਨਾ ਵਾਇਰਸ ਇੱਕ ਦੂਜੇ ਤੋਂ ਇਨਸਾਨ ਫੈਲ ਰਿਹਾ। ਇਹ ਬਹੁਤ ਕੱਲ੍ਹ ਮਾਨਤਾ ਦਾ ਘਾਣ ਹੋਇਆ ਇਹਦੇ ਨਾਲ, ਜਿਹੜਾ ਥਾਲੀਆਂ ਖੜਕਾਈਆਂ ਗਈਆਂ ਇਹ ਸਾਨੂੰ ਨਹੀਂ ਛੜਕਾਉਣੀ ਚਾਹੀਦੀਆਂ। ਇੱਥੋਂ ਤੱਕ ਕਿ ਡਾਕਟਰ ਨੇ ਥਾਲੀਆਂ, ਚਲੋ ਮੰਨ ਲਓ ਲੋਕਾਂ ਨੇ ਖੜਕਾ ਲਈਆਂ, ਪਹਿਲੀ ਗੱਲ ਤਾਂ ਇਹ ਹੈ ਵੀ ਥਾਲੀਆਂ ਖੜਕਾਉਣ ਨਾਲ ਕੋਈ ਉਤਸ਼ਾਹਿਤ ਨਹੀਂ ਹੁੰਦਾ, ਬਟ ਫਿਰ ਵੀ ਜੇ ਕਹਿੰਦੇ ਕਿ ਥਾਲੀਆਂ ਟੱਲ ਖੜਕਾਏ ਗਏ, ਬੜੇ ਲੋਕਾਂ ਨੇ ਖੜਕਾਏ ਹੈ, ਯੂਪੀ ਦੇ ਮੁੱਖ ਮੰਤਰੀ ਦੀ ਵੀਡੀਓ ਆਈ ਹੈ, ਨੀਲਧਾਰੀ ਸੰਪਰਦਾ ਦੀ ਆਈ ਹੈ, ਬੜੇ ਲੋਕਾਂ ਨੇ ਖੜਕਾਏ ਔਰ ਬਕਾਇਦਾ ਲਾਈਵ ਹੋਏ ਵੀ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ, ਇਹਦੇ ਨਾਲ ਮਜ਼ਦੂਰ ਦਾ ਢਿੱਡ ਨਹੀਂ ਭਰਨਾ, ਨਾ ਇਹਦੇ ਨਾਲ ਮਜ਼ਦੂਰ ਨੇ ਰੈਗੂਲਰ ਹੋਣਾ, ਨਾ ਇਹਦੇ ਨਾਲ ਮਜ਼ਦੂਰ ਨੇ ਜਿਹੜਾ ਵਿਚਾਰਾ ਗੰਦਗੀ ਚੁੱਕਦਾ ਪਿਆ ਉਹਦਾ ਕੋਈ ਫਾਇਦਾ ਹੋਣ ਵਾਲਾ। ਸੋ ਇਸ ਕਰਕੇ ਮੈਂ ਕਹਿੰਦਾ ਵੀ ਚਲੋ ਭਾਂਡੇ ਖੜਕਾ ਲਏ, ਭਾਂਡੇ ਵੀ ਐਡਾ ਵੱਡਾ ਇਸ਼ੂ ਨਹੀਂ, ਬਟ ਭਾਂਡੇ ਖੜਕਾਉਂਦੇ ਹੋਏ ਸੜਕਾਂ 'ਤੇ ਲੋਕ ਆ ਗਏ, ਇਹ ਕੀ ਹੈ? ਜਿਹੜਾ ਇਕੱਠ ਹੋ ਗਿਆ ਇਹ ਗਲਤ ਹੋਇਆ, ਇਕੱਠ ਤਾਂ ਹੋਣਾ ਹੀ ਨਹੀਂ ਸੀ ਚਾਹੀਦਾ, ਇਕੱਠ ਹੋਣਾ ਚਾਹੀਦਾ। ਜੇ ਤੁਸੀਂ ਟੱਲ ਥਾਲੀਆਂ ਖੜਕਾਉਣੀਆਂ ਸੀ ਆਪਣੇ ਚਬਾਰਿਆਂ ਚੜ੍ਹ ਕੇ ਇਕੱਲਾ ਇਕੱਲਾ ਮੈਂ ਖੜਕਾ ਲੈਂਦਾ। ਸੋ ਜਿਸ ਤਰ੍ਹਾਂ ਫਿਲਮੀ ਐਕਟਰਾਂ ਨੇ ਖੜਕਾਇਆ, ਪ੍ਰਧਾਨ ਮੰਤਰੀ ਆ ਆਪਣਾ CM ਨੇ ਖੜਕਾਇਆ, ਯੋਗੀ ਨੇ, ਸੋ ਇਸ ਤਰ੍ਹਾਂ ਤੁਸੀਂ ਇਕੱਲੇ ਇਕੱਲੇ ਖੜਕਾ ਸਕਦੇ ਸੀ, ਕੋਈ ਹਰਜ ਨਹੀਂ ਖੜਕਾਉਣ 'ਚ, ਪਰ ਜਿਹੜੀ ਪਬਲਿਕਲ ਇਕੱਠ ਹੋ ਕੇ ਜੋ ਕੀਤਾ ਇਹਦੇ ਨਾਲ ਤਾਂ ਵਧਣ ਦੇ ਚਾਂਸ ਭਿੰਕਰ ਭਿੰਕਰ ਨਤੀਜੇ ਆਉਣਗੇ ਸਾਡੇ ਦੇਸ਼ 'ਚ। ਸੋ ਡਾਕਟਰਾਂ ਨੇ ਜਿਹੜਾ ਸਾਨੂੰ ਉੱਥੇ ਜਾਣ ਦੀ, ਉੱਥੇ ਇਹੀ ਮੇਨ ਜਾਣੀ ਸੀ ਵੀ ਇੱਥੋਂ ਡਰਨ ਦੀ ਨਹੀਂ, ਸੁਚੇਤ ਹੋਣ ਦੀ ਲੋੜ ਹੈ। ਤੁਸੀਂ ਆਪਣੇ ਆਪ ਨੂੰ ਉੱਥੇ, ਉਹਨਾਂ ਨੇ ਕੀ ਤੁਹਾਨੂੰ ਕਿਹਾ ਬਈ? ਇੱਕ ਤਾਂ ਉਹਨਾਂ ਨੇ ਤੁਹਾਨੂੰ ਕਿਹਾ ਵੀ ਘਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਲਓ, ਬਾਕੀ ਮਾਸਕ ਵਗੈਰਾ ਬਾਰੇ ਕੀ ਕਿਹਾ ਉਹਨਾਂ ਨੇ? ਮਾਸਕ ਬਾਰੇ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਮਰੀਜ਼ ਹੈ ਸ਼ੱਕੀ ਜਾਂ ਹੋਸਪਿਟਲ ਹੈ ਉੱਥੇ ਜ਼ਰੂਰਤ ਹੈਗੀ ਹੈ ਪਬਲਿਕਲੀ, ਜਾਂ ਜਿੱਥੇ ਜ਼ਿਆਦਾ ਰਸ਼ ਹੈ
ਉੱਥੇ ਤੁਸੀਂ ਮਾਸਕ ਯੂਜ਼ ਕਰ ਸਕਦੇ ਹੋ। ਮਾਸਕ N95 ਜਿਹੜਾ ਇਹ ਕਾਲਾਬਾਜ਼ਾਰੀ ਕਰ ਰਹੇ ਹੈ, ਮਾਸਕ ਦੀ 10 ਰੁਪਏ ਵਾਲਾ ਸੋਚ ਵੇਚ ਰਹੇ ਹੈ, ਇਹ ਕੋਈ ਕੰਮ ਨਹੀਂ ਕਰਦਾ। ਨਹੀਂ, ਜਿਹੜੀ ਸਰਕਾਰ ਹੁਣ ਜੇ ਆਪਾਂ ਇੱਥੇ ਗੱਲ ਕਰ ਲਈਏ, ਸਾਡੇ ਦਰਸ਼ਕ ਨੇ, ਮਾਸਕ ਦੀ ਕਾਲਾਬਾਜ਼ਾਰੀ ਨਹੀਂ ਬੰਦ ਕਰ ਸਕੀ, ਉਹ ਕੋਰੋਨਾ ਨੂੰ ਕਿਵੇਂ ਬੰਦ ਕਰੂਗੀ, ਕਿਵੇਂ ਖਤਮ ਕਰੂਗੀ? ਸਿੱਧੇ ਸ਼ਬਦਾਂ ਵਿੱਚ ਇਹ ਕਾਲਾ ਧੰਦਾ ਹੋਇਆ, ਸ਼ਰੇਆਮ ਹੋਇਆ। ਸੈਨੀਟਾਈਜ਼ਰ ਮਹਿੰਗੇ ਵਿਕੇ ਨੇ, ਸੈਨੀਟਾਈਜ਼ਰ ਡੁਪਲੀਕੇਟ ਵਿਕੇ ਨੇ। ਜੇ ਮਾਸਕ ਦੀ ਗੱਲ ਕਰੀਏ, 10-10 ਰੁਪਏ ਦਾ ਤੁਸੀਂ ਕਹਿ ਰਹੇ ਹੋ ਵੀ 70-70 80-80 ਰੁਪਈਏ ਦਾ ਵਿਕਿਆ। ਜੇ ਕਾਲਾਬਾਜ਼ਾਰੀ ਸਰਕਾਰ ਨਹੀਂ ਬੰਦ ਕਰ ਸਕੀ, ਰੋਕ ਹੀ ਨਹੀਂ ਸਕੀ, ਤਾਂ ਕੋਰੋਨਾ ਵਾਇਰਸ ਨੂੰ ਕੀ ਸਵਾਹ ਰੋਕੇਗੀ? ਦੇਖੋ, ਕੋਰੋਨਾ ਸਰਕਾਰ ਕੋਰੋਨਾ ਵਾਇਰਸ ਨੂੰ ਨਹੀਂ ਰੋਕ ਸਕਦੀ, ਕੋਈ ਡਾਕਟਰ ਨਹੀਂ ਇਹਨੂੰ ਰੋਕ ਸਕਦਾ, ਇਹਨੂੰ ਸਾਨੂੰ ਆਪ ਨੂੰ ਹੀ ਰੋਕਣਾ ਪੈਣਾ। ਇੱਕ ਪਰਿਵਾਰ ਦੇ ਮੁਖੀ ਨੂੰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਕੇ ਹੀ ਇਸ ਚੇਨ ਨੂੰ ਬ੍ਰੇਕ ਕੀਤਾ ਜਾ ਸਕਦਾ, ਹੋਰ ਇਹਦਾ ਕੋਈ ਹੱਲ ਨਹੀਂ ਹੈਗਾ। ਸਰਕਾਰ ਜੋ ਤੁਹਾਨੂੰ ਆਦੇਸ਼ ਦਿੰਦੀ ਹੈ, ਸਾਨੂੰ ਉਹਦਾ ਪਾਲਣ ਕਰਨਾ ਚਾਹੀਦਾ। ਡਾਕਟਰ ਵਾਰ ਵਾਰ ਇਹ ਅਪੀਲ ਕਰ ਰਹੇ ਨੇ ਕਿ ਤੁਸੀਂ ਇਹ ਤੋਂ ਡਰੋ ਨਾ, ਸੁਚੇਤ ਹੋਵੋ, ਘਰਾਂ ਵਿੱਚ ਲੋਕਡਾਊਨ ਹੋ ਜਾਓ, ਹੋਰ ਇਹਦਾ ਕੋਈ ਹੱਲ ਨਹੀਂ। ਹੋਰ ਤੁਹਾਨੂੰ ਉੱਥੇ ਕੀ ਜਾਣਕਾਰੀਆਂ ਦਿੱਤੀਆਂ ਗਈਆਂ? ਬਹੁਤ ਕੁਝ ਉਹਨਾਂ ਜਾਣਕਾਰੀ ਦਿੱਤੀਆਂ ਗਈਆਂ। ਸਭ ਤੋਂ ਵੱਡੀ ਤਾਂ ਇਹੀ ਹੈ ਕਿ ਸੁਚੇਤ ਹੁੰਦੀ ਹੈ, ਲੋੜ ਹੈ ਸਾਨੂੰ। ਰਾਸ਼ਨ ਆਪਣੇ ਘਰ ਵਿੱਚ ਭਰਨ ਬਾਰੇ ਕੀ ਕਿਹਾ ਗਿਆ? ਰਾਸ਼ਨ ਭਰਨ ਬਾਰੇ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਗਿਆ। ਦੇਖੋ, ਸਰਕਾਰ ਨੇ ਬਹੁਤ ਵਧੀਆ ਡਿਸੀਜਨ ਲਿਆ, ਜਿਹੜਾ ਕਰਫਿਊ ਦੇ ਵਿੱਚ ਉਹਨਾਂ ਨੇ ਦੁੱਧ, ਰਾਸ਼ਨ ਦੀਆਂ ਦੁਕਾਨਾਂ, ਮੈਡੀਕਲ ਸੇਵਾਵਾਂ, ਪੈਟਰੋਲ ਪੰਪ ਖੋਲ੍ਹੇ ਆ। ਇਹ ਸਰਕਾਰ ਦਾ ਬਹੁਤ ਵੱਡਾ ਵਧੀਆ ਫੈਸਲਾ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹਦੇ ਨਾਲ ਸਾਨੂੰ ਕਾਫ਼ੀ ਰਾਹਤ ਮਿਲੀ ਹੈ, ਕਾਲਾਬਾਜ਼ਾਰੀ ਤੋਂ ਬਚਾਂਗੇ ਇਹਦੇ ਨਾਲ ਅਸੀਂ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸ ਤਰ੍ਹਾਂ ਹੋ ਜਾਂਦਾ, ਜੇ ਨਹੀਂ ਲੋਕਡਾਊਨ ਹੋ ਗਿਆ, ਲੋਕਡਾਊਨ ਦੇ ਵਿੱਚ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ, ਬੈਂਕ ਖੁੱਲ੍ਹੇ ਰਹਿਣਗੇ, ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਮੈਡੀਕਲ ਦੀਆਂ ਖੁੱਲ੍ਹੀਆਂ ਰਹਿਣਗੀਆਂ, ਸਬਜ਼ੀਆਂ ਦੀਆਂ ਖੁੱਲ੍ਹੀਆਂ ਰਹਿਣਗੀਆਂ, ਫਰੂਟ ਦੀਆਂ ਖੁੱਲ੍ਹੀਆਂ ਰਹਿਣਗੀਆਂ, ਵੀ ਜਿਹੜੀਆਂ ਸਾਰੀਆਂ ਮੁੱਢਲੀਆਂ ਵਸਤਾਂ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਰਹਿਣਗੀਆਂ, ਬਾਕੀ ਸਾਰੀਆਂ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ ਜੀ। ਇਹਦੇ ਲਈ ਪਰਿਵਾਰ ਦਾ ਇੱਕ ਜਿਹੜਾ ਨੌਜਵਾਨ ਮੈਂਬਰ ਹੈ, ਉਹ ਘਰੋਂ ਜਾ ਕੇ ਜੋ ਵੀ ਜ਼ਰੂਰੀ ਵਸਤੀ ਲੈ ਕੇ ਉਹਨੇ ਸਮੇਂ 'ਚ ਘਰ ਆ ਜੇ, ਔਰ ਘਰ ਆ ਕੇ ਆਪਣੇ ਜਿਹੜੇ ਉਹਦੇ ਕੱਪੜੇ ਪਾਏ ਆ ਉਹ ਲਾ ਕੇ ਸਾਈਡ 'ਤੇ ਰੱਖ ਦੇਵੇ, ਅਤੇ ਸੈਨੀਟਾਈਜ਼ ਹੋ ਕੇ ਐਂਟਰ ਕਰੇ ਆਪਣੇ ਘਰ ਦੇ ਵਿੱਚ, ਜਿਹੜੀ ਵਸਤੂਆਂ ਨੇ ਉਹਨਾਂ ਨੂੰ ਵੀ ਸੈਨੀਟਾਈਜ਼ ਕਰ ਲਏ। ਓਕੇ, ਵੀ ਇਸ ਤਰੀਕੇ ਨਾਲ ਵੀ ਜਿੰਨੀ ਕੇਅਰ ਕੀਤੀ ਜਾਂਦੀ ਹੈ ਕਹਿਣ ਤੋਂ ਭਾਵ ਓਨੀ ਕੀਤੀ ਜਾਵੇ ਇਸ ਸਮੇਂ ਦੇ ਦੌਰਾਨ। ਬਿਲਕੁਲ ਮਖੂ ਸਾਹਿਬ, ਜਿਹੜਾ ਸਾਹਮਣੇ ਜਾਣਕਾਰੀ ਆ ਰਹੀ ਹੈ ਉਹ ਇਹੀ ਹੈ ਕਿ ਕੋਰੋਨਾ ਵਾਇਰਸ ਨੇ ਤੁਹਾਡੇ ਘਰ ਨਹੀਂ ਆਉਣਾ, ਤੁਸੀਂ ਉਹਨੂੰ ਲੈ ਕੇ ਆਉਣਾ। ਅਤੇ ਬੜਾ ਕੜਕ ਹੋ ਰਿਹਾ ਕਹਿ ਲਈਏ, ਹਾਂ ਇਹ ਇੱਕ ਵਾਇਰਲ ਹੈ, ਇਹਦਾ ਕਦੋਂ ਇਹਨੇ ਖਤਮ ਹੋਣਾ, ਕਿੱਥੋਂ ਤੱਕ ਇਹਨੇ ਜਾਣਾ, ਇਹਦਾ ਕੋਈ ਵੀ ਦੱਸ ਨਹੀਂ ਪਾ ਰਿਹਾ, ਅਤੇ ਨਾ ਹੀ ਇਹਦਾ ਕੋਈ ਹੱਲ ਹੈ, ਨਾ ਹੀ ਇਹਦੀ ਕੋਈ ਮੈਡੀਸਿਨ ਹੈ। ਇਹਦੀ ਇੱਕੋ ਇੱਕ ਮੈਡੀਸਿਨ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਹੋ ਜਾਓ। ਜਿਹੜੇ 65 ਸਾਲ ਦੇ ਬਜ਼ੁਰਗ ਨੇ, 60 ਸਾਲ ਦੇ ਪਲੱਸ ਅਤੇ 10 ਸਾਲ ਦੇ ਬੱਚੇ, ਇਹਨਾਂ 'ਤੇ ਇਫੈਕਟ ਜ਼ਿਆਦਾ ਕਰ ਰਿਹਾ, ਅਤੇ ਜਿਹੜੀ ਰੇਸ਼ੋ ਸਾਹਮਣੇ ਆ ਰਹੀ ਹੈ ਉਹਨਾਂ ਦੀ ਮੌਤਾਂ ਹੋ ਰਹੀਆਂ, ਅਤੇ 97% ਜਿਹੜੇ ਕੇਸਿਸ ਨੇ 10 ਸਾਲ ਤੋਂ ਉੱਪਰ ਲੈ ਕੇ 55 ਸਾਲ ਤੱਕ ਦੇ, ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਪਾਵਰ ਬਹੁਤ ਸਟਰੋਂਗ ਹੈ ਉਹ ਠੀਕ ਹੋ ਰਹੇ ਨੇ। ਇਮਿਊਨ ਸਿਸਟਮ ਜਿਨ੍ਹਾਂ ਦਾ ਬਹੁਤ ਸਟਰੋਂਗ ਹੈ ਉਹ ਠੀਕ ਹੋ ਰਹੇ, ਉਹ 10 ਤੋਂ ਲੈ ਕੇ ਠੀਕ ਕਿਵੇਂ ਹੋ ਜਾਂਦਾ? ਕਿਉਂਕਿ ਮੈਡੀਸਨ 'ਤੇ ਇਹਦੀ ਤਿਆਰ ਨਹੀਂ ਹੋਈ, ਫਿਰ ਠੀਕ ਕਿਵੇਂ ਹੋ ਜਾਂਦਾ? ਇਹ ਠੀਕ ਕਿਉਂਕਿ ਇਹਨਾਂ 'ਚ ਆਪਣੇ ਅੰਦਰ ਸੈੱਲ ਹੁੰਦੇ ਆ। ਇਹ ਜਿਹੜਾ ਕੋਰੋਨਾ ਵਾਇਰਸ ਹੈਗਾ ਇਹੋ ਜਿਹੇ ਸਾਡੇ ਸਰੀਰ ਦੇ ਵਿੱਚ ਡਾਕਟਰਾਂ ਦੇ ਮੁਤਾਬਕ 100+ ਵਾਇਰਸ ਨੇ, ਜਿਨ੍ਹਾਂ ਵਿੱਚੋਂ ਇਹ ਵੀ ਇੱਕ ਉਹ ਵਾਇਰਸ ਹੈ। ਇਹ ਤੋਂ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ ਹੈਗੀ, ਇਹਦੇ ਨਾਲ ਲੜਨ ਦੀ ਸਾਨੂੰ ਲੋੜ ਹੈ। ਐਕਟਿਵ ਹੋ ਗਿਆ, ਐਕਟਿਵ ਹੋ ਕੇ ਇਹ ਜਿਹੜਾ ਐਕਟਿਵ ਹੋ ਚੁੱਕਿਆ, ਇਹਨੂੰ ਸਾਨੂੰ ਲੜਨ ਦੀ ਲੋੜ ਹੈ ਇਹਦੇ ਨਾਲ ਸਾਨੂੰ। ਇਹ ਲੜਨ ਦਾ ਇੱਕੋ ਇੱਕ ਤਰੀਕਾ, ਤੁਸੀਂ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ, ਇਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਵਿਟਾਮਿਨ ਸੀ ਦਿਓ। ਅੱਛਾ, ਵਿਟਾਮਿਨ ਸੀ ਦਿਓ। ਵਿਟਾਮਿਨ ਸੀ ਦੇ ਵਿੱਚ ਤੁਸੀਂ ਵਾਰ ਵਾਰ ਨਿੰਬੂ ਨੂੰ ਗਰਮ ਪਾਣੀ ਘੋਲ ਕੇ ਪੀਓ, ਸੰਤਰਾ ਲੈ ਸਕਦੇ ਹੋ, ਇਹੋ ਜਿਹੀ ਚੀਜ਼ਾਂ ਨਾਲ ਤੁਸੀਂ ਆਪਣਿਆਂ ਨੂੰ ਸਟਰੋਂਗ ਕਰੋ। ਔਰ ਜੇ ਪਰਿਵਾਰ ਦੇ ਵਿੱਚ ਕਿਸੇ ਨੂੰ ਖਾਂਸੀ ਜਾਂ ਜ਼ੁਕਾਮ ਜਾਂ ਕੋਈ ਸਰੀਰ 'ਚ ਦਰਦ ਵੀ ਹੁੰਦੀ ਹੈ, ਦਰਦਾਂ ਛਿੜਦੀਆਂ ਨੇ ਜਾਂ ਤੇਜ਼ ਬੁਖਾਰ ਹੈ, ਉਹਨੂੰ ਆਪਣੇ ਆਪ ਨੂੰ ਪਰਿਵਾਰ ਨਾਲੋਂ ਘੱਟੋ ਘੱਟ 14 ਦਿਨ ਲਈ ਵੱਖ ਕਰ ਲੈਣਾ ਚਾਹੀਦਾ ਇੱਕ ਕਮਰੇ ਦੇ ਵਿੱਚ, ਅਤੇ ਉਹ ਭੁੱਲ ਜਾਣਾ ਚਾਹੀਦਾ ਉਸ ਬਜ਼ੁਰਗ ਨੂੰ ਜਾਂ ਜਿਹੜਾ ਪੀੜਿਤ ਹੈ ਕਿ ਮੇਰਾ ਕੋਈ ਭੈਣ ਭਰਾ ਦੁਨੀਆ 'ਤੇ ਹੈਗਾ, ਕਿਉਂਕਿ ਉਹ ਉਹਦੇ ਪਰਿਵਾਰ ਦੀ ਸੇਫਟੀ ਲਈ ਭੁੱਲਣਾ ਪਏਗਾ, ਅਤੇ ਇੱਕ ਕਮਰੇ 'ਚ ਰਹੇ। ਅਤੇ ਬਲਦੀਪ ਸਿੰਘ ਨਾਲ ਕਾਰਾ ਐਸਾ ਹੀ ਹੋਇਆ ਨਾ, ਬਲਦੀਪ ਸਿੰਘ ਦੀ ਪੋਤੀ ਤੱਕ ਵੀ ਹੋ ਗਿਆ, ਨੌਵਾਂ ਤੱਕ ਵੀ ਹੋ ਗਿਆ,
ਜਿਹਦੀ ਇਹ ਡੈਥ ਹੋਈ ਹੈ ਨਵਾਂ ਸ਼ਹਿਰ ਜੀ ਪਟਲਾਬਾ, ਉਹ ਸ਼ਖਸ ਦੇ ਸਾਰੇ ਪਰਿਵਾਰ ਨੂੰ ਹੋਇਆ ਤੇ ਹੋਇਆ ਕਿੱਥੋਂ? ਉਸ ਸ਼ਖਸ ਤੋਂ ਹੋਇਆ ਅੱਗੇ ਉਸ ਸ਼ਖਸ, ਇਸੇ ਕਰਕੇ ਉਸ ਪੀੜਤ ਨੂੰ ਭੁੱਲਣਾ ਪਏਗਾ ਵੀ ਮੇਰਾ ਕੋਈ ਪਰਿਵਾਰ ਦਾ ਹੋਰ ਮੈਂਬਰ ਵੀ ਹੈਗਾ, ਕਮਰੇ 'ਚ ਇੰਸੂਲੇਸ਼ਨ ਲੈਣਾ ਚਾਹੀਦਾ ਉਹਨੂੰ ਲੈ ਕੇ, ਅਤੇ ਉਹਦੇ ਪਰਿਵਾਰ ਦੀ ਉਹਦਾ ਇੱਕ ਬੰਦਾ ਸੇਵਾ ਕਰ ਸਕਦਾ ਜਿਹੜਾ ਇੱਕ ਮਾਸਕ ਆਪਣਾ ਗਲਵਸ ਯੂਜ ਕਰਕੇ ਸਿਰਫ ਉਹ ਉਹਦੇ ਕਮਰੇ 'ਚ ਸਮਾਨ ਰੱਖ ਕੇ ਆ ਜਾਵੇ, ਜੋ ਵੀ ਉਹਨੂੰ ਦੁੱਧ ਜਾਂ ਕੁਛ ਵੀ ਉਹਨੂੰ ਖਾਣ ਪੀਣ ਦਾ ਸਮਾਨ ਚਾਹੀਦਾ ਉਹਦੀ ਸੇਵਾ ਕਰ ਸਕਦਾ ਉਹ, ਅਤੇ ਇਸ ਤਰ੍ਹਾਂ ਆਪਾਂ ਇਸ ਚੇਨ ਬ੍ਰੇਕ ਨੂੰ ਰੋਕਿਆ ਜਾ ਸਕਦਾ। ਇਹੀ ਇੱਕ ਤਰੀਕਾ ਆ, ਹੋਰ ਕੋਈ ਤਰੀਕਾ? ਹੋਰ ਕੋਈ ਤਰੀਕਾ ਨਹੀਂ। ਅਸੀਂ ਸਾਡੀ ਬੋਡੀ ਦੇ ਅੰਦਰ ਇਹ ਐਸੇ ਸੈੱਲ ਹੈਗੇ ਨੇ ਜਿਹੜੇ ਕਰੋਨਾ ਵਾਇਰਸ ਨਾਮ ਦੀ ਬਿਮਾਰੀ ਦਾ ਵੀ ਮੁਕਾਬਲਾ ਕਰਦੇ ਆ। ਬਿਲਕੁਲ, ਸਾਡੇ ਹੈਗੇ ਵਾਇਰਸ, ਉਹ ਸਾਡਾ ਇਮਿਊਨਿਟੀ ਸਿਸਟਮ ਆ ਜਿਹੜਾ ਵੀਕ ਹੋ ਜਾਂਦਾ ਉਹਦੇ ਨਾਲ ਡੈਥ ਰੇਸ਼ੋ ਹੋ ਰਹੀ ਹੈ, ਜਿਹਦੇ 'ਚ ਹਾਂ ਜਿਵੇਂ ਸ਼ੂਗਰ ਬੀ ਪੀ ਅਤੇ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਇਹਨਾਂ 'ਤੇ ਇਫੈਕਟਡ ਕਰ ਰਿਹਾ, ਜਾਂ 55 ਸਾਲ ਤੋਂ ਉੱਪਰ ਦੀ ਉਮਰ 'ਚ ਹੁਣ ਸਾਰੇ ਮੁਲਕਾਂ ਦੇ ਵਿੱਚ ਜੋ ਅੰਕੜੇ ਆ ਰਹੇ ਹੈ ਉਹਦੇ ਅੰਕੜਿਆਂ ਮੁਤਾਬਕ 100 ਵਿੱਚੋਂ 93% ਕੇਸ ਠੀਕ ਹੋ ਰਹੇ ਹੈ, ਜਿਹੜੇ 3% ਦੀ ਰੇਸ਼ੋ ਡੈਥ ਹੈਗੀ ਹੈ ਉਹ ਉਹੀ ਰੇਸ਼ੋ ਹੈ ਬੀ ਪੀ ਸ਼ੂਗਰ ਹਾਰਟ ਔਰ 10 ਸਾਲ ਤੱਕ ਦੇ ਬੱਚੇ ਅਤੇ 55 ਸਾਲ ਦੇ ਉੱਪਰ ਦੇ, ਇਹ ਅੰਕੜੇ ਸਾਹਮਣੇ ਆ ਰਹੇ ਹੈ। ਅਤੇ ਬਾਕੀ ਜਿਹੜੇ 90 ਸਾਲ ਤੋਂ ਥੱਲੇ ਅਤੇ 55 ਤੋਂ ਉੱਤੇ 55 ਤੋਂ ਉੱਪਰ ਇਹਨਾਂ ਦੀ ਡੈਥਾਂ ਹੋ ਰਹੀਆਂ, ਕਿਉਂਕਿ ਇਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਹੈ ਉਹ ਵੀਕ ਹੋ ਚੁੱਕਾ ਹੁੰਦਾ, ਅਤੇ ਜਿਹੜੇ ਬਾਕੀ ਕੇਸਿਸ ਉਹ ਠੀਕ ਹੋ ਰਹੇ ਆ। ਇਸ ਕਰਕੇ ਇਹ ਤੋਂ ਡਰਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ, ਇਹ 14 ਦਿਨਾਂ ਦੇ ਵਿੱਚ ਇਹ ਆਪਣੇ ਆਪ ਠੀਕ ਹੋ ਜਾਂਦਾ, ਪਰ ਇੰਸੂਲੇਸ਼ਨ ਲੈਣ ਦੀ ਲੋੜ ਹੈ। ਓਕੇ, ਆਪਣੇ ਆਪ ਨੂੰ ਘਰਾਂ ਵਿੱਚ ਰੱਖਣ ਦੀ ਲੋੜ ਹੈ। ਜੇ ਕੋਈ ਮੰਨ ਲਓ ਪੇਸ਼ੈਂਟ ਆ ਉਹ 14 ਦਿਨ ਆਪਣੇ ਆਪ ਨੂੰ ਇਕੱਲਾ ਕਰ ਦਿੰਦਾ, ਜੇ 14 ਦਿਨਾਂ ਬਾਅਦ ਉਹ ਬਚ ਜਾਂਦਾ ਤਾਂ ਫਿਰ ਆਪਾਂ ਕੀ ਕਹੀਏ, ਵੀ ਠੀਕ ਹੋ ਗਿਆ? ਬਿਲਕੁਲ ਠੀਕ ਹੋ ਗਿਆ। ਦੇਖੋ 100 ਚੋਂ 97 ਬੰਦੇ ਘਰਾਂ 'ਚ ਠੀਕ ਹੋ ਕੇ ਜਾ ਰਹੇ, ਜਿਹੜੇ ਹਸਪਤਾਲਾਂ 'ਚ ਪੀੜਤ ਸਨ ਹਾਂ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਹਾਂ ਉਹਨਾਂ 'ਚੋਂ 97% ਲੋਕ ਘਰਾਂ 'ਚ ਠੀਕ ਹੋ ਕੇ ਗਏ ਨੇ। ਲੁਧਿਆਣੇ ਦੇ ਵਿੱਚ ਕਿੰਨੇ ਕੇਸ ਆਏ ਆ ਹੁਣ ਤੱਕ? ਲੁਧਿਆਣੇ 'ਚ ਜੋ ਅੱਜ ਤੱਕ ਦੇ ਸਰਕਾਰੀ ਅੰਕੜਿਆਂ ਮੁਤਾਬਕ 1 ਵੀ ਪੋਜ਼ਿਟਿਵ ਮਰੀਜ਼ ਨਹੀਂ ਹੈ ਲੁਧਿਆਣੇ ਦਾ। ਬਿਲਕੁਲ ਵੀ, ਐਡਾ ਵੱਡਾ ਲੁਧਿਆਣਾ 1 ਵੀ ਪੋਜ਼ਿਟਿਵ ਨਹੀਂ ਹੈ, 1 ਵੀ ਪੋਜ਼ਿਟਿਵ ਮਰੀਜ਼ ਨਹੀਂ ਹੈ। ਪਰ ਤੁਹਾਨੂੰ ਲੱਗਦਾ ਕਿ ਇਹ ਰਿਪੋਰਟ ਸਹੀ ਹੋਵੇਗੀ ਜਾਂ ਕੁਛ ਲੁਕੋਇਆ ਜਾ ਰਿਹਾ? ਹਾਂ, ਇਹ ਥੋੜ੍ਹਾ ਡਾਊਟਫੁੱਲ ਹੈ, ਪਰ ਜਿੱਥੋਂ ਤੱਕ ਮੇਰਾ ਸਰਕਾਰੀ ਅਧਿਕਾਰਾਂ ਨਾਲ ਰਾਬਤਾ, ਹੈਲਥ ਨਾਲ ਵੀ ਰਾਬਤਾ, ਉਹਨਾਂ ਕੋਲੋਂ ਵੱਖ ਵੱਖ ਬੰਦਿਆਂ ਤੋਂ ਜਾਣਕਾਰੀ ਲਈ ਹੈ, ਉਹਨਾਂ ਮੁਤਾਬਕ 1 ਵੀ ਨਹੀਂ ਹੈ। ਪਰ ਮੈਂ ਇਹਨੂੰ ਸੱਚ ਵੀ ਨਹੀਂ ਮੰਨਦਾ, ਕਿਉਂਕਿ ਆਪਾਂ 3ਜੀ ਸਟੇਜ 'ਚ ਜਾ ਰਹੇ ਹਾਂ, ਹੁਣ ਤਾਂ ਇਹ ਅੰਕੜੇ ਬਾਹਰ ਆਉਣੇ ਹੈ, ਡੇ ਬਾਈ ਡੇ ਇਹ ਮਲਟੀਪਲਾਈ ਦੇਖੋ ਵੱਧਦੇ ਜਾ ਰਹੇ ਹੈ, ਹੈ ਨਾ। ਪਹਿਲੇ ਹਫ਼ਤੇ ਸਾਡੇ ਸੀਗੇ 3 ਕੇਸ, ਹੁਣ ਅੱਜ 3ਜੇ ਹਫ਼ਤੇ 'ਚ ਤੁਸੀਂ ਦੇਖੋ ਵੀ 300-400 ਦੇ ਕਰੀਬ ਕੇਸ ਹੋ ਗਏ ਆ, ਅਤੇ ਹੁਣ ਇਹ ਡੇ ਬਾਈ ਡੇ ਵੱਧ ਰਹੇ ਆ। ਇਸ ਕਰਕੇ ਇਸ ਮਹਾਂਮਾਰੀ ਨੂੰ ਰੋਕਣ ਦਾ ਸਾਡੇ ਕੋਲ ਇੱਕੋ ਇੱਕ ਹੱਲ ਹੈ, ਵਾਰ ਵਾਰ ਅਸੀਂ ਆਪਣੇ ਸਮਾਜ ਨੂੰ, ਆਪਣੇ ਦੇਸ਼ ਵਾਸੀਆਂ ਨੂੰ, ਪੰਜਾਬੀਆਂ ਨੂੰ, ਸਾਰੇ ਮਨੁੱਖਤਾ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਘੱਟੋ ਘੱਟ 14 ਦਿਨ ਲੋਕਡਾਊਨ ਕਰ ਲਓ। ਅਗਰ ਤੁਸੀਂ ਲੋਕਡਾਊਨ ਨਹੀਂ ਕਰੋਗੇ ਇਹ ਬ੍ਰੇਕ, ਚੇਨ ਬ੍ਰੇਕ ਨਹੀਂ ਰੁਕੇਗੀ, ਨਹੀਂ ਤਾਂ ਇਹ ਵੱਧਾ ਵੱਧਾ ਕਿੱਥੋਂ ਤੱਕ ਜਾਏਗਾ, ਇਹ ਮੁਸ਼ਕਲ ਹੋ ਜਾਣਾ। ਚਾਈਨਾ ਨੂੰ ਅੱਜ 4 ਮਹੀਨੇ ਹੋ ਗਏ ਆ, ਉਹ ਅਜੇ ਵੀ ਨਹੀਂ ਰੁਕ ਪਾਇਆ। ਠੀਕ ਹੈ ਕਿ ਪਿਛਲੇ 4 ਦਿਨਾਂ ਦੇ ਵਿੱਚ ਅੱਜ 1 ਕੇਸ ਆਇਆ ਉਹਨਾਂ ਕੋਲ, ਬਟ ਅਸੀਂ ਇਹ ਨਹੀਂ ਕਹਾਂਗੇ ਕਿ ਚਾਈਨਾ ਨੇ ਹਜੇ ਤੱਕ ਇਹ ਐਲਾਨ ਨਹੀਂ ਕੀਤਾ ਕਿ ਅਸੀਂ ਮੁਕਤ ਹੋ ਗਏ ਹਾਂ। ਪਰ ਆਪਣੇ ਕੋਲ ਕੀ ਤਿਆਰੀਆਂ ਨੇ ਆਪਣੇ ਦੇਸ਼ ਦੀ ਜੇ ਗੱਲ ਕਰੀਏ ਤਾਂ? ਆਪਣੇ ਦੇਸ਼ ਕਿਉਂਕਿ ਉਹ ਤਾਂ ਬੜੇ ਐਡਵਾਂਸ ਮੁਲਕ ਸੀ, ਉਹਨਾਂ ਕੋਲੋਂ ਕੰਟਰੋਲ ਦੇ ਵਿੱਚੋਂ ਸਥਿਤੀ ਬਾਹਰ ਹੋ ਗਈ, ਅਤੇ ਆਪਣਾ ਜਿਹੜਾ ਦੇਸ਼ ਆ ਇਹਦੀ ਕੀ ਸਥਿਤੀ ਹੈ? ਆਪਣੇ ਦੇਸ਼ ਕੋਲ ਦੇਖੋ 180 ਜੇ ਇਟਲੀ ਪਹਿਲੇ ਨੰਬਰ 'ਤੇ ਦੁਨੀਆ 'ਚ ਆ ਰਿਹਾ ਤਾਂ ਅਸੀਂ ਘੱਟੋ ਘੱਟ ਨਹੀਂ ਤਾਂ 120 ਨੰਬਰ 'ਤੇ ਹਾਂ, ਅਤੇ ਸਾਡੇ ਕੋਲ ਮੈਡੀਕਲ ਸੇਵਾਵਾਂ 'ਤੇ ਹੈ ਹੀ ਨਹੀਂ, ਇੰਤਜ਼ਾਮ ਹੀ ਹੈ ਨਹੀਂ ਕੋਈ। ਅਤੇ ਇਸ ਕਰਕੇ ਸਾਡੇ ਕੋਲ ਇੰਤਜ਼ਾਮ, ਸਾਡਾ ਇਹ ਪ੍ਰਚਾਰ ਹੈ ਸਰਕਾਰ ਦੇ ਦੇਸ਼ਾਂ ਦਾ, ਸਾਡਾ ਪਾਲਣ ਕਰਨਾ ਫਰਜ਼ ਬਣਦਾ, ਅਸੀਂ ਉਹਨਾਂ ਨੂੰ ਇਨ ਬਿਨ ਲਾਗੂ ਕਰੀਏ, ਆਪਣੇ ਪਰਿਵਾਰਾਂ 'ਤੇ ਲਾਗੂ ਕਰੀਏ, ਅਸੀਂ ਤਾਂ ਹੀ ਦੂਸਰਿਆਂ ਬਚਾਅ ਕਰ ਸਕਦੇ ਹਾਂ। ਵੀ ਆਪਣੇ ਕਹਿ ਲਈਏ ਵੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਵੇਅਰ ਹੋਈਏ ਅਤੇ ਅਵੇਅਰ ਕਰੀਏ। ਬਿਲਕੁਲ, ਅਵੇਅਰਨੈਸ ਹੀ ਇਹਦਾ ਵੱਡਾ ਹੱਲ ਹੈ, ਇਹ ਤੋਂ ਵੱਡਾ ਹੋਰ ਕੋਈ ਹੱਲ ਨਹੀਂ ਹੈਗਾ। ਸੋ ਨਾ ਆਪਾਂ ਡਾਕਟਰ ਨਾ ਬਣੀਏ ਫੇਸਬੁੱਕਾਂ ਦੇ ਉੱਪਰ, ਵਟਸਐਪਾਂ 'ਤੇ ਬਹੁਤ ਕੁਛ ਆ ਰਿਹਾ, ਗਲਤ ਅਫਵਾਹਾਂ ਵੀ ਆ ਰਹੀਆਂ, ਸਾਨੂੰ ਇਹਨਾਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਨਾ ਹੀ ਡਰਨ ਦੀ ਲੋੜ ਹੈ, ਨਾ ਹੀ ਘਬਰਾਉਣ ਦੀ ਲੋੜ ਹੈ। ਕੋਰੋਨਾ ਵਾਇਰਸ ਸਾਡੇ ਸਰੀਰ ਦਾ ਹੀ ਇੱਕ ਹਿੱਸਾ, ਉਹ ਐਕਟਿਵ ਹੋ ਚੁੱਕਿਆ, ਉਹਨੇ ਲੜਨ ਦੀ ਸਾਡੇ ਅੰਦਰ ਪਾਵਰ ਉਸ ਅਕਾਲ ਪੁਰਖ ਨੇ ਦਿੱਤੀ ਹੈ, ਅਤੇ ਉਹਨੂੰ ਸਟਰੋਂਗ ਕਰੀਏ, ਉਹਨੂੰ ਸਟਰੋਂਗ ਕਰੀਏ। ਸਟਰੋਂਗ ਦੇ ਨਾਲ ਜੇ ਸਾਨੂੰ ਪ੍ਰਸ਼ਾਸਨ, ਸਰਕਾਰਾਂ ਵਾਰ ਵਾਰ ਇਹ ਗੱਲ ਕਹਿ ਰਹੀਆਂ, ਡਾਕਟਰ ਵਾਰ ਬੇਨਤੀ ਕਰ ਰਹੇ ਹੈ, ਅਤੇ ਸਾਨੂੰ ਉਹਨਾਂ ਦੇ ਆਦੇਸ਼ਾਂ ਦਾ
पालन करना चाहिए ना कि मजाक चलाना चाहिए। हाँ ना कि मजाक च लैना चाहिए सानू सरकार ने तुहानू ठीक नहीं करना। सरकार को कोई इंतजाम नहीं, कोई डॉक्टर को इंतजाम नहीं, कोई मेडिसिन नहीं, कोई वैक्सीन नहीं। यदि वैक्सीन यदि मेडिसिन तुसी आप ही हो। क्या बात है, इहदा तुसी आप ही हल कर सकते हो। अपने परिवारां नू 14 दिनों की घट्टो घट लॉकडाउन कर लो, नहीं तो तुहानू देश नू इह भुगतना पेगा लंबे समय तक, तो फिर असीं पछतावा तो साडे कोल हल नहीं। अज देख लो कि जिहड़ा चाइना वर्गा मुल्क जिहड़ा दुनिया ते राज कर रहा सी, उह लाशां नू दफनांदा सीगा ते दफनान। अच्छा इहदे च इक होर गल सामने आ रही है कि 6 घंटे तक वायरस मरण तो बाद भी जिंदा रहिंदा। ਤੁਸੀਂ ਤਰਸੋਗੇ, ਲਾਸ਼ ਨਹੀਂ ਵੇਖ ਸਕੋਗੇ ਆਪਣੇ ਪਰਿਵਾਰਾਂ ਦੀ ਜੇ ਤੁਸੀਂ ਸੁਚੇਤ ਨਾ ਹੋਏ। ਬੱਲੇ 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 ਬੱਲੇ, ਬੰਦੇ ਦੀ ਡੈਥ ਤੋਂ ਬਾਅਦ ਵੀ ਅੱਜ ਚਾਈਨਾ ਜਿਹੜਾ ਦਫਨਾਉਂਦਾ ਸੀ, ਦਫਨਾਉਣ 'ਤੇ ਵਿਸ਼ਵਾਸ ਨਹੀਂ ਸਕਦਾ, ਅੱਜ ਉਹਨਾਂ ਨੂੰ ਪਰਿਵਾਰਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਬਿਨਾਂ ਵੇਖੇ ਹੀ ਅੱਗ ਲਾ ਕੇ ਫੂਕਤਾ ਜਾ ਰਿਹਾ। ਜੇ ਆਪਾਂ ਚਾਈਨਾ ਦੀ ਗੱਲ ਕਰੀਏ, ਇਟਲੀ ਦੀ ਗੱਲ ਕਰੀਏ, ਤਾਂ ਉੱਥੋਂ ਬਹੁਤ ਕੁਝ ਸਾਹਮਣੇ ਆ ਗਿਆ, ਜਦਕਿ ਬਹੁਤ ਕੁਝ ਆਉਣ ਨਹੀਂ ਵੀ ਦਿੱਤਾ ਗਿਆ, ਬਟ ਫਿਰ ਵੀ ਬਾਹਰ ਆ ਗਿਆ, ਸਾਡੇ ਦੇਸ਼ ਵਿੱਚ ਬਾਅਦ ਵਿੱਚ ਆਇਆ, ਅਤੇ ਉਹਨਾਂ ਦੇ ਤਜਰਬੇ ਤਾਂ ਲੈ ਲੈਣੇ ਚਾਹੀਦੇ ਨੇ ਨਾ। ਬਿਲਕੁਲ, ਸਾਨੂੰ ਉੱਥੋਂ ਬੜੀ ਵੱਡੀ ਅਵੇਅਰਨੈਸ ਮਿਲੀ ਹੈ, ਅਤੇ ਸਾਨੂੰ ਉਹਨਾਂ ਨੂੰ ਦੇਖਦੇ ਹੋਏ ਜੋ ਸਾਡੀ ਸਰਕਾਰ, ਜੋ ਪ੍ਰਸ਼ਾਸਨ, ਜੋ ਡਾਕਟਰ ਸਾਨੂੰ ਆਦੇਸ਼ ਦੇ ਰਹੇ, ਸਾਨੂੰ ਉਹਨੂੰ ਉਸੇ ਤਰ੍ਹਾਂ ਹੀ ਪਾਲਣਾ ਕਰਨੀ ਚਾਹੀਦੀ ਹੈ। ਇੱਕ ਥੋੜ੍ਹੇ ਸ਼ਬਦਾਂ ਵਿੱਚ ਹੋਰ ਜਾਣਕਾਰੀ ਦੇ ਦਿਓ, ਆਉਣ ਵਾਲੇ ਸਮੇਂ ਵਿੱਚ ਦੇਸ਼ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਵੇਗਾ? ਹੋ ਗਿਆ ਜੀ ਸ਼ਿਕਾਰ, ਤਾਂ ਦੇਸ਼ ਪੂਰੀ ਦੁਨੀਆ ਸ਼ਿਕਾਰ ਹੋ ਗਈ ਹੈ ਜੀ ਆਉਣ ਵਾਲੇ ਸਮੇਂ 'ਚ ਇਹਦੇ ਬੜੇ। ਆਪਣੇ ਪਿੱਛੇ ਜੇ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਵਾਂ, ਲੁਧਿਆਣੇ ਦੇ ਵਿੱਚ ਕਿਸੇ ਗੱਲ ਕਰਕੇ ਲੁਧਿਆਣਾ ਬੰਦ ਕੀਤਾ ਸੀ, ਵਪਾਰੀ ਸੜਕਾਂ ਦੇ ਉੱਪਰ ਆ ਗਿਆ ਸੀ, ਵੀ ਇੱਕ ਦਿਨ ਬੰਦ ਹੋਣ ਦੇ ਨਾਲ ਸਾਨੂੰ ਕਰੋੜਾਂ ਦਾ ਘਾਟਾ ਪੈ ਗਿਆ। ਐਸੋਸੀਏਸ਼ਨ ਬਣੀਆਂ ਹੋਈਆਂ ਨੇ, ਉਹ ਕੋਈ ਜਿਹੜੀ ਵੀ ਸੀ, ਉਹਨਾਂ ਨੇ ਆਪੋ ਆਪਣਾ ਦਾਅਵਾ ਕੀਤਾ ਵੀ ਸਾਨੂੰ ਇੰਨੇ ਕਰੋੜਾਂ ਦਾ ਘਾਟਾ ਪੈ ਗਿਆ, ਅਤੇ ਜਿਸ ਹਿਸਾਬ ਨਾਲ ਹੁਣ ਇੰਨੇ ਦਿਨ ਕੰਮ ਬੰਦ ਰਹਿਣਗੇ, ਠੱਪ ਰਹਿਣਗੇ, ਆਰਥਿਕ ਮੰਦਹਾਲੀ ਵਿੱਚੋਂ ਵੀ ਗੁਜ਼ਰਨਾ ਪਏਗਾ, ਖੁਦਕਸ਼ੀਆਂ, ਬੜਾ ਕੁਛ ਲੱਗਦਾ ਹੋਰ ਨਹੀਂ। ਮੈਂ ਇੱਥੇ ਦੱਸਦਾ, ਅੱਜ ਲੋਕ ਦੇਖੋ ਜਿੱਦਾਂ ਆਪ ਜੀ ਨੇ ਪਹਿਲਾਂ ਦੱਸਿਆ ਕਿ ਇਹ ਕੁਦਰਤ ਨੇ ਆਪਣਾ ਰੀ ਬਟਨ ਦਬਾਇਆ ਕਿ ਤੁਸੀਂ ਸੁਪਰ ਪਾਵਰ ਨਹੀਂ ਹੋ, ਸੁਪਰ ਪਾਵਰ ਅਕਾਲ ਪੁਰਖ ਨਿਰੰਕਾਰ ਹੈ, ਹੈ ਨਾ। ਇਸ ਕਰਕੇ ਅੱਜ ਦੁਨੀਆ ਜਿਹੜੀ ਪੈਸੇ ਦੀ ਦੌੜ ਦੇ ਵਿੱਚ ਮਨੁੱਖਤਾ ਦਾ ਘਾਣ ਕਰ ਰਹੀ ਸੀ ਹਰ ਖੇਤਰ ਦੇ ਵਿੱਚ, ਅਤੇ ਉੱਥੇ ਅੱਜ ਬ੍ਰੇਕ ਲੱਗੀ ਹੈ। ਅੱਜ ਮਨੁੱਖ ਪੈਸੇ ਨੂੰ ਭੁੱਲ ਗਿਆ, ਹਾਂ ਅੱਜ ਮਨੁੱਖ ਪੈਸੇ ਨੂੰ ਭੁੱਲ ਕੇ ਉਹ ਆਪਣੇ ਪਰਿਵਾਰ ਨੂੰ ਬਚਾਉਣ 'ਤੇ ਲੱਗਿਆ, ਔਰ ਪਰਿਵਾਰ ਨੂੰ ਸਮਾਂ ਵੀ ਦੇ ਰਿਹਾ, ਔਰ ਸਮਾਂ ਵੀ ਦੇ ਰਿਹਾ ਪਰਿਵਾਰ ਨਾਲ ਬੈਠ ਕੇ, ਉਹ ਵੀ ਦੁੱਖ ਸੁੱਖ ਕਰਦਾ ਪਿਆ ਜਿਹੜੇ ਕਦੀ ਨਹੀਂ ਕੀਤੇ। ਅੱਜ ਜੇ ਜਾਨ ਹੈ ਤਾਂ ਜਹਾਨ ਹੈ, ਸਮਝ ਪਈ ਹੈ, ਅੱਜ ਇਹ ਸਮਝ ਲੱਗ ਗਈ ਕਿ ਜਾਨ ਹੈ ਜਹਾਨ ਹੈ, ਪੈਸਾ ਅੱਜ ਮੁੱਖ ਨਹੀਂ ਰਹਿ ਗਿਆ, ਪੈਸਾ ਤਾਂ ਆਇਆ ਜੇ ਤੁਸੀਂ ਹੋਵੋਗੇ, ਜੇ ਤੁਸੀਂ ਆਪ ਬਚੋਗੇ ਤੁਹਾਡਾ ਪਰਿਵਾਰ ਤਾਂ ਆਪਣੇ, ਤੁਸੀਂ ਬਾਹਰ ਨਿਕਲ ਗਏ, ਬਾਹਰੋਂ ਪ੍ਰਸ਼ਾਦ ਲੈ ਆਏ ਕਰੋਨਾ ਵਾਇਰਸ ਦਾ, ਅਤੇ ਤੁਹਾਡੇ ਘਰ ਨੂੰ ਹੁਣ ਤੱਕ ਬਚਾ ਨਹੀਂ ਸਕਦਾ। ਔਰ ਇਹ 'ਚ ਵੱਡੀ ਪ੍ਰੋਬਲਮ ਇਹ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਮੱਖੂ ਸਾਹਿਬ, ਕਿ ਇਹ 2 ਦਿਨ ਤੋਂ ਲੈ ਕੇ 14 ਦਿਨ ਤੱਕ ਤਾਂ ਪਤਾ ਹੀ ਨਹੀਂ ਲੱਗਦਾ ਕਿ ਵਾਇਰਲ ਹੋਇਆ ਹੋਇਆ, ਔਰ ਕਿੱਥੇ ਕਿੱਥੇ ਜਿੱਥੇ ਜਿੱਥੇ ਇਨਸਾਨ ਘੁੰਮ ਰਿਹਾ, ਜਿੱਥੇ ਬੈਠ ਰਿਹਾ, ਖਾ ਰਿਹਾ, ਪੀ ਰਿਹਾ, ਫਰਿੱਜ ਨੂੰ ਹੱਥ ਲਗਾ ਰਿਹਾ, ਲੈਪਟੋਪ ਨੂੰ ਹੱਥ ਲਗਾ ਰਿਹਾ, ਮੋਬਾਈਲ ਨੂੰ ਹੱਥ ਲਗਾ ਰਿਹਾ, ਰਿਮੋਟ ਨੂੰ ਹੱਥ ਲਗਾ ਰਿਹਾ, ਇਹ ਸਭ 'ਚ ਵਾਇਰਸ ਜਾ ਰਿਹਾ। ਜੀ 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 ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀਆਂ। ਤੁਸੀਂ ਸਾਡੇ ਸਟੂਡੀਓ ਵਿੱਚ ਆ ਕੇ ਸਾਨੂੰ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ। ਸੋ ਦੋਸਤੋ, ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ। ਜਿਸ ਦਿਨ ਦੀ ਕਰੋਨਾ ਵਾਇਰਸ ਦੀ ਗੱਲ ਚੱਲੀ ਹੈ, ਉਸ ਦਿਨ ਤੋਂ 4 ਫੇਰੇ ਦੁਨੀਆ ਵਿੱਚ ਇੱਕੋ ਹਾਹਾਕਾਰ ਮੱਚੀ ਹੋਈ ਹੈ। ਸਭ ਤੋਂ ਵੱਡੀ ਗੱਲ ਵੀ ਇਹਦੀ, ਅਜੇ ਤੱਕ ਇੰਨੀ ਦੁਨੀਆ ਐਡਵਾਂਸ ਹੋ ਗਈ, ਇਹਦਾ ਇਲਾਜ ਕਿਉਂ ਨਹੀਂ? ਅਤੇ ਵੱਡੇ ਵੱਡੇ ਵਿਗਿਆਨਿਕਾਂ ਨੇ ਦਾਅਵਾ ਤਾਂ ਬਹੁਤ ਵੱਡਾ ਵੱਡਾ ਕੀਤਾ, ਕਿਸੇ ਕੰਟਰੀ ਨੇ ਕਹਿ ਤਾ ਮੈਂ ਮੈਡੀਸਨ ਤਿਆਰ ਕਰਤੀ, ਕਿਸੇ ਨੇ ਕਹਿ ਤਾ ਮੈਂ, ਪਰ ਅਜੇ ਤੱਕ ਉਹ ਚੀਜ਼ਾਂ ਲੋਕਾਂ ਕੋਲ ਜਨਤਕ ਰੂਪ ਦੇ ਵਿੱਚ ਨਹੀਂ ਆਈਆਂ ਵੀ ਬੰਦਾ ਕਹੇ ਕੋਈ ਗੱਲ ਨਹੀਂ ਯਾਰ, ਜੇ ਹੋ ਗਿਆ ਤਾਂ ਆਹ ਖਾ ਲੂੰਗਾ ਮੈਂ, ਜਿਵੇਂ ਕਿਸੇ ਦਾ ਸਿਰ ਪੀੜ ਹੁੰਦਾ ਬੰਦਾ ਕਹਿੰਦਾ ਆਹ ਗੋਲੀ ਖਾ ਲੂੰਗਾ, ਅਗਲਾ ਕਹਿੰਦਾ ਜੇ ਹੋ ਵੀ ਗਿਆ ਤਾਂ ਆਹ ਖਾ ਲੂੰਗਾ, ਐਸਾ ਕੁਛ ਨਹੀਂ ਹੈ। ਇਹਦਾ ਸਿਰਫ ਇੱਕੋ ਇੱਕ ਹੱਲ ਦਿੱਤਾ ਗਿਆ ਵੀ ਆਪੋ ਆਪਣੇ ਘਰਾਂ ਦੇ ਵਿੱਚ ਕੈਦ ਹੋ ਜਾਓ। ਸੋ ਬੇਨਤੀ ਹੈ, ਜਾਨ ਹੈ ਅਤੇ ਜਹਾਨ ਹੈ, ਸਰਦਾਰ ਤਰਨਜੀਤ ਸਿੰਘ ਰਮਾਣਾ 7 ਵਾਰ ਸਟੇਟ ਅਵਾਰਡ ਲੈਣ ਵਾਲੇ ਅਤੇ ਮਾਨਵਤਾ ਨੂੰ ਆਪਣੀਆਂ ਸੇਵਾਵਾਂ ਦੇ ਰਾਹੀਂ ਹਰਮਨ ਪਿਆਰੇ, ਉਹਨਾਂ ਨੇ ਸਾਡੇ ਸਟੂਡੀਓ ਵਿੱਚ ਆ ਕੇ ਸਾਨੂੰ ਇੱਕ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਹੈ। ਸੋ ਬੜੀ ਗੌਰ ਕਰਨ ਵਾਲੀ ਗੱਲ ਹੈ ਅਤੇ ਆਪਾਂ ਇਸ ਮਹਾਂਮਾਰੀ ਦਾ ਰਲ ਮਿਲ ਕੇ ਟਾਕਰਾ ਕਰ ਸਕਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ, ਬੜੀ ਜਲਦੀ ਤੁਹਾਡੀ ਸੇਵਾ ਵਿੱਚ ਆਉਣਾ ਵਾਂ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।